ਸਾਨੂੰ ਦੇਸੀ ਜਗਾੜ ਲਾਉਣੇ ਵੀ ਆਉਂਦੇ ਆ ਸਾਨੂੰ ਜੀ, ਤੇ ਹਰ ਗੱਲ ਜਿਹੜਾ ਜਿੱਦਾਂ ਦਾ ਸਮਾਂ ਉਹਦੇ ਹਿਸਾਬ ਨਾਲ ਚੱਲਣਾ ਸਾਨੂੰ ਆਉਂਦਾ ਜੀ। ਉਹ ਸਵੇਰੇ ਹਾਕਮ ਨੂੰ ਦੱਸਦਾ ਸੀ ਤੇ ਹਾਕਮ ਨੂੰ ਕਹਿਣਾ ਚਾਹਾਂਗੇ ਵੀ ਇਹ ਰੋਕਾਂ ਬਹੁਤ ਛੋਟੀਆਂ ਵਾ, ਤੁਸੀਂ ਆਪਣੇ ਟੈਂਕ ਟੁੰਕ ਮੰਗਾਓ, ਤੁਸੀਂ ਆਪਣੇ ਹਵਾਈ ਜਹਾਜ਼ ਸੱਦੋ ਇੱਥੇ, ਇਹਨਾਂ ਰੋਕਾਂ ਨਾਲ ਅਸੀਂ ਨਹੀਂ ਰੁਕਣਾ ਜੀ। ਇਹ ਤਾਂ ਅਸੀਂ ਪਲਾਂ ਦੇ ਵਿੱਚ ਭਾਵੇਂ ਉਹਨਾਂ ਨੇ ਸੀਮਿੰਟ ਦੀਆਂ ਕੰਧਾਂ ਕੀਤੀਆਂ, ਪੰਜਾਬ ਦੇ ਬਾਰਡਰਾਂ 'ਚ ਪੂਰੀ ਤਰ੍ਹਾਂ ਸੀਲ ਕੀਤੇ ਨੇ, ਪਰ ਤੁਸੀਂ ਸਵੇਰੇ ਵੇਖਿਓ ਜਦੋਂ ਅਸੀਂ ਅਰਦਾਸ ਬੇਨਤੀ ਕਰਕੇ ਤੁਰੇ, ਇਹ ਸਭ ਰੋਕਾਂ ਪਲਾਂ ਦੇ ਵਿੱਚ ਚੱਕੀਆਂ ਜਾਣ। ਕੁਝ ਤਾਂ ਅਸੀਂ ਉੱਥੋਂ ਹੀ ਖੂਹ ਖਾ ਲੈਣੇ ਆ ਜੀ, ਮੌਕੇ ਦੇ ਉੱਤੇ ਕੰਮ ਚਲਾ ਰਹਿਣਾ ਅਸੀਂ। ਧੁਨਾਂ ਨਿਕਲਣਗੀਆਂ ਕਿ ਉਹ ਕੰਨਾਂ ਨੂੰ ਬੋਲਿਆ ਵੀ ਕਰ ਸਕਦੀਆਂ, ਤੁਸੀਂ ਉਹਦਾ ਵੀ ਬਚਾ ਕਰਨ ਦੇ ਲਈ ਕੁਝ ਤਰੀਕਾ? ਬਿਲਕੁਲ ਜੀ, ਸਾਡੇ ਕੋਲ ਬੜੇ ਬੜੇ ਪ੍ਰਬੰਧ ਆ ਜੀ, ਸਾਡੇ ਕੋਲ ਉਨੇ ਹਾਕਮ ਨੂੰ ਵੀ ਪ੍ਰਬੰਧ ਕਰ ਸਕਿਆ ਨਾ ਜਿੰਨੇ ਸਾਡੇ ਕੋਲ ਹੈ। ਇੱਕ ਤਾਂ ਪਹਿਲੀ ਤਾਂ ਗੱਲ, ਆਪਾਂ ਗੱਲ ਸਾਡਾ ਵਿਸ਼ਵਾਸ ਜਿਹੜਾ ਅਰਦਾਸ ਦੇ ਵਿੱਚ ਆ, ਜੇ ਤੁਸੀਂ ਚੈੱਕ ਵਾਲੀਆਂ ਟਰਾਲੀਆਂ ਚੱਕਦੇ ਹੋ ਤੇ ਆਵਾਜ਼ਾਂ ਹੀ ਉਹਨੂੰ ਮੋੜ ਦੇਣੀਆਂ ਉਹਨਾਂ ਦੀਆਂ ਜੀ। ਆਵਾਜ਼ ਮੇਰੇ ਖਿਆਲ ਉਹ ਭਾਵੇਂ ਬੋਲੇ ਹੋ ਜਾਣ ਖੁਦ, ਪਰ ਸਾਡੇ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ। ਹਾਕਮ ਨੂੰ ਅਸੀਂ ਦੱਸ ਦੇਣਾ। ਹੁਣ ਸਵੇਰ ਦੀ ਜਿਹੜੀ ਤਿਆਰੀ ਹੈ, ਕਿਸਾਨ ਆਗੂਆਂ ਨੇ ਤੁਹਾਨੂੰ ਬਿਲਕੁਲ ਮੀਟਿੰਗ ਹੋ ਚੁੱਕੀਆਂ ਨੇ ਵੀ ਇੰਜ ਜਾਣਾ ਆ, ਅੱਗੇ ਕੌਣ ਲੱਗੂਗਾ, ਸਾਰਾ ਕੁਝ ਪਤਾ? ਅੱਗੇ ਸਾਡੇ ਲੱਗੇਗਾ ਜੀ, ਵਾਹਿਗੁਰੂ ਦਾ ਜਕਾਰਾ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੈਰੀਗੇਟਰ ਹੈ, ਸਾਡੇ ਟਰੈਕਟਰਾਂ ਦੀ ਲੋੜ ਹੀ ਨਹੀਂ ਗੀ, ਸਾਡੇ ਬਾਬਿਆਂ ਦੇ ਗੁੰਡੀ ਬਹੁਤ ਆ ਨਾਲ ਸਾਡੇ ਖੜੇ ਹੈਗੇ, ਚੱਕ ਕੇ ਲੈ ਜਾਵਾਂਗੇ। ਲੋਕ ਸੋਚਦੇ ਵੀ ਹਨਾ ਵੀ ਅਸੀਂ ਖੇਤੀ ਕਰਦੇ ਨਹੀਂ, ਤਾਂ ਆਪਾਂ ਖੇਤੀ ਦੀ ਤਿੱਤੀ ਖਾਂਦੇ ਤਾਂ ਹੈਗੇ ਹੈ। ਮੈਂ ਜੌਬ ਕਰਦਾ, ਮੇਰੇ ਕੋਲ ਆਪਦੀ ਕੋਈ ਜ਼ਮੀਨ ਨਹੀਂ ਗੀ। ਹਨੌਰੀ ਬਾਰਡਰ ਤੇ ਪਹੁੰਚੇ ਹੋਏ ਆ, ਔਰ ਇਹ ਬਾਰਡਰ ਲਗਭਗ ਟਿੱਕਰੀ ਬਾਰਡਰ ਵਰਗਾ ਹੀ ਲੱਗਦਾ ਹੈ, ਜਿਵੇਂ ਇੱਕ ਸਿੰਘੂ ਬਾਰਡਰ ਔਰ ਦੂਜਾ ਟਿੱਕਰੀ। ਇਸੇ ਤਰੀਕੇ ਨਾਲ ਮੀਡੀਆ ਇੱਥੇ ਵੀ ਪਹੁੰਚ ਰਿਹਾ, ਕਿਉਂਕਿ ਸਵੇਰੇ ਦੀਆਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ। ਹੁਣ ਰਾਤ ਦਾ ਸਮਾਂ ਆ 7 ਵਜੇ ਦੇ ਕਰੀਬ, ਔਰ ਕਿਸਾਨਾਂ ਨੇ ਤਿਆਰੀਆਂ ਕਿਹੋ ਜਿਹੀਆਂ ਕਰ ਲਈਆਂ ਨੇ? ਕਿਉਂਕਿ ਕਿਸਾਨ ਆਗੂਆਂ ਨੇ ਕਾਲ ਦਿੱਤੀ ਹੋਈ, ਸਵੇਰੇ 11 ਵਜੇ ਅਸੀਂ ਦਿੱਲੀ ਨੂੰ ਜਿਹੜਾ ਉਹ ਕੂਚ ਕਰਨਾ ਹੈ। ਸਰਕਾਰ ਦੇ ਨਾਲ 4 ਮੀਟਿੰਗਾਂ ਹੋਈਆਂ, ਔਰ ਚਾਰੇ ਹੀ ਮੀਟਿੰਗਾਂ ਦੇ ਵਿੱਚ ਜੇ ਅਖੀਰਲੀ ਮੀਟਿੰਗ ਵਿੱਚ ਕੋਈ ਪ੍ਰਪੋਜ਼ਲ ਆਇਆ ਵੀ ਤਾਂ ਉਹ ਕਿਸਾਨਾਂ ਦੇ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ, ਜਿਸ ਨੂੰ SKM ਨੇ ਵੀ ਜਿਹੜਾ ਆ ਉਹ ਸਵਾਗਤ ਉਸਦਾ ਕੀਤਾ ਹੈ ਕਿ ਜਿਹੜੀਆਂ ਧਿਰਾਂ ਲੜਾਈ ਲੜ ਰਹੀਆਂ ਨੇ ਉਹਨਾਂ ਨੇ ਇਹ ਪ੍ਰਪੋਜ਼ਲ ਜਿਹੜੀ ਠੁਕਰਾਈ ਹੈ ਤਾਂ ਵਧੀਆ ਕੀਤਾ। ਸੋ ਕਿਸਾਨ ਅਸੀਂ ਦੇਖਿਆ ਕਿ ਇੱਥੇ ਗਰੁੱਪ ਦੇ ਵਿੱਚ ਸਲਾਹਾਂ ਕਰ ਰਹੇ ਨੇ ਸਵੇਰੇ ਕਿਵੇਂ ਜਾਣਾ ਆ ਜਾਂ ਕੀ ਗੱਲਬਾਤ ਹੋਣੀ ਹੈ। ਇਹ ਵੀ ਸੁਣ ਰਹੇ ਹਾਂ ਕਿ ਕਿਹੜੇ ਕਿਹੜੇ ਸਮਾਨ ਚਾਹੀਦਾ, ਸੋ ਇਹਨਾਂ ਦੇ ਕੋਲੋਂ ਹੀ ਜਾਣਦੇ ਆ ਜੀ। ਮਲਕੀਤ ਸਿੰਘ ਜੀ ਤੁਹਾਨੂੰ ਵੈਸੇ ਵੀ ਲੋਕ ਜਾਣਦੇ ਨੇ, ਸੋ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਵਾਰੀ ਜ਼ਰੂਰ ਦੱਸ ਦਿਓ ਵੀ ਖਨੌਰੀ ਬਾਰਡਰ ਦੇ ਉੱਪਰ ਸਵੇਰ ਦੀ ਤਿਆਰੀ ਕਿਵੇਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਕਾਰਾ ਦੱਸਦਾ ਵੀ ਤਿਆਰੀ ਕਿੱਦਾਂ ਦੀ ਆ ਜੀ। ਬਿਲਕੁਲ ਹੌਸਲੇ ਬੁਲੰਦ ਆ ਜੀ। ਅੱਜ ਹਾਕਮ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਉਹ ਰੋਕਾਂ ਟੱਪਣੀਆਂ ਪੈਣ, ਸਾਡਾ ਇਰਾਦਾ ਨਹੀਂ ਸੀ। ਸਾਡੇ ਸ਼ਾਂਤਮਈ ਰਹਿ ਗਏ, ਪੰਜਵੇਂ ਪਾਤਸ਼ਾਹ ਜੀ ਦਾ ਜੋ ਸਾਨੂੰ ਹੁਕਮ ਆ ਉਹਦੇ ਮੁਤਾਬਕ ਅਸੀਂ ਚੱਲੇ ਹਾਂ, ਪਰ ਅਖੀਰ ਹਾਕਮ ਉਹਦੀ ਨੀਅਤ ਨੀਤੀ ਬਹੁਤ ਜ਼ਿਆਦਾ ਫਰਕ ਹੈ ਜੀ, ਅਤੇ ਅੱਜ ਫਿਰ ਸਾਨੂੰ ਹੁਣ ਮਜਬੂਰ ਹੋਣਾ ਪੈ ਗਿਆ। ਅਤੇ ਪੂਰਨ ਤਿਆਰੀ ਆ ਜੀ, ਸਾਡੇ ਟੈਂਕ ਖੜ੍ਹੇ ਨੇ ਜੀ, ਅਤੇ ਬਾਕੀ ਜਿਹੜੀ ਵੀ ਸਾਨੂੰ ਸਵੇਰੇ ਲੋੜ ਆ ਉਹ ਅਸੀਂ ਅੱਗੇ ਵੀ ਇਹ ਵੇਖਿਆ ਜਦੋਂ ਆਪਾਂ ਟੱਪੇ ਸਾਂ ਬਾਰਡਰ, ਕਿਹੜੀ ਕਿਹੜੀ ਚੀਜ਼ ਦੀ ਸਾਨੂੰ ਲੋੜ ਆ। ਉਹ ਤੋਂ ਵੱਡੀ, ਸਭ ਤੋਂ ਵੱਡੀ ਗੱਲ ਇਹ, ਲੋੜਾਂ ਬਹੁਤ ਛੋਟੀਆਂ ਰਹਿ ਜਾਣੀਆਂ, ਮਜ਼ਬੂਤੀ ਥੋੜ੍ਹੀ ਅੱਗੇ ਜਾ ਰਹੀ ਹੈ। ਵੇਖੋ ਜੀ, ਜਦੋਂ ਅਸੀਂ ਅਰਦਾਸ ਕੀਤੀ ਨਾ ਜੀ, ਫਿਰ ਸਾਨੂੰ ਹੋ ਸਕਦਾ ਕਿਸੇ ਚੀਜ਼ ਦੀ ਲੋੜ ਬਣਾ ਰਹੇ ਜੀ, ਕਿਉਂਕਿ ਸਾਡੀ ਅਰਦਾਸ ਸੱਚ ਦੀ ਲੜਾਈ ਆ, ਪਾਤਸ਼ਾਹ ਸਾਡੇ ਨਾਲ ਆ, ਅਤੇ ਸ਼ਹੀਦ ਸਿੰਘਾਂ ਦੇ ਪਹਿਰਿਆਂ ਤੋਂ ਬਿਨਾਂ, ਪਾਤਸ਼ਾਹ ਦੀ ਓਟ ਆਸਰੇ ਤੋਂ ਬਿਨਾਂ ਅਸੀਂ ਉਹ ਟੱਪ ਨਹੀਂ ਸਕਦੇ। ਸਾਨੂੰ ਪੂਰਨ ਭਰੋਸਾ ਆਪਣੀ ਅਰਦਾਸ ਦੇ ਵਿੱਚ, ਆਪਣੇ ਪਾਤਸ਼ਾਹ ਦੇ ਉੱਤੇ, ਆਪਣੇ ਸ਼ਹੀਦ ਸਿੰਘਾਂ ਦੇ ਉੱਤੇ ਅਸੀਂ ਸਵੇਰੇ ਅਰਦਾਸ ਬੇਨਤੀ ਕਰਕੇ ਚਾਲੇ ਪਾਵਾਂਗੇ, ਅਤੇ ਪਲਾਂ ਦੇ ਵਿੱਚ ਹੀ ਸਾਡੀਆਂ ਰੋਕਾਂ ਜਿਹੜੀਆਂ ਇਹ ਪਾਸੇ ਹਟਾ ਦਿਆਂਗੇ ਜੀ। ਦਾ ਇੱਕ ਫੈਸਲਾ ਵੀ ਆਇਆ ਅੱਜ ਕਿ ਕਿਸਾਨ ਜਿਹੜੇ ਆ ਉਹ ਕੂਚ ਜਦੋਂ ਕਰਨ ਤਾਂ ਫਿਰ ਉਹ ਆਪਣੇ ਟਰੈਕਟਰ ਜਾਂ ਟਰਾਲੀਆਂ ਤੇ ਨਾ ਜਾਣ, ਉਹ ਬੱਸਾਂ ਤੇ ਜਾਂ ਹੋਰ ਸਾਧਨਾਂ ਦੇ ਉੱਪਰ ਉੱਥੇ ਪਹੁੰਚਣ, ਕਿਉਂਕਿ ਕੋਰਟ ਵੱਲੋਂ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਨਹੀਂ ਰੋਕਿਆ ਜਾ ਸਕਦਾ, ਪਰ ਉਹ ਟਰੈਕਟਰਾਂ ਦੀ ਵਰਤੋਂ। ਵੇਖੋ ਜੀ, ਸੰਵਿਧਾਨ ਦੀ ਕਦਰ ਆ, ਪਰ ਜਿਨ੍ਹਾਂ ਨੇ ਲਾਗੂ ਕਰਨਾ ਉਹਨਾਂ ਦੇ ਮਨਾਂ ਦੇ ਵਿੱਚ ਬੇਈਮਾਨੀਆਂ ਜੀ। ਅਦਾਲਤ ਨੂੰ ਬੋਲਣਾ ਚਾਹੀਦਾ ਸੀ ਜਦੋਂ ਅਥਰੂ ਗੈਸ ਦੇ ਗੋਲੇ ਵਰੇ ਆ, ਜਦੋਂ ਗੋਲੀਆਂ ਚੱਲੀਆਂ ਜੀ, ਪਾਣੀ ਦੀਆਂ ਵਿਛਾੜਾਂ ਹੋਈਆਂ, ਕਿਉਂਕਿ ਸਾਡਾ ਸੰਵਿਧਾਨਕ ਹੱਕ ਆ ਜੀ ਆਪਣੇ ਹੱਕ ਮੰਗਣੇ ਆਪਣੇ ਜੀ। ਪਰ ਸਾਨੂੰ ਸ਼ਾਂਤਮਈ ਰਹਿੰਦਿਆਂ ਦੇ ਉੱਤੇ ਸਾਡੇ ਕਈ ਭਰਾ ਸਾਡੇ ਜ਼ਖਮੀ ਹੋਏ, ਅੱਖਾਂ ਤੱਕ ਜਿਹੜੀਆਂ ਉਹਨਾਂ ਦੀਆਂ ਜਾਂਦੀਆਂ ਰਹੀਆਂ ਜੀ, ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੇ ਹਿਸਾਬ ਨਾਲ। ਲੋਕਤੰਤਰ ਦਾ ਕਤਲ ਹੋ ਚੁੱਕਾ, ਜੇ ਲੋਕਤੰਤਰ ਜਿਉਂਦਾ ਹੁੰਦਾ ਤਾਂ ਅੱਜ ਅਦਾਲਤਾਂ ਨੂੰ ਸਖ਼ਤ ਕਦਮ ਸਰਕਾਰ ਦੇ ਵਿਰੁੱਧ ਲੈਣਾ ਚਾਹੀਦਾ ਸੀ। ਪਰ ਟਰੈਕਟਰ ਟਰਾਲੀਆਂ ਇਹੋ ਅਤੇ ਸਾਡੀਆਂ ਮੰਗਾਂ ਇਹ, ਸਾਡੀਆਂ ਜਿੰਦ ਜਾਣ ਹੀ ਇੱਥੇ ਰੱਖ ਕੇ ਸਾਡਾ ਅੱਗੇ ਜਾਣਾ ਅਸੰਭਵ ਆ ਜੀ। ਅਸੀਂ ਇਹਨਾਂ ਨਾਲ ਹੀ ਅੱਗੇ ਜਾਵਾਂਗੇ, ਇਹੋ ਸਾਡਾ ਨਿਸ਼ਾਨ ਆ ਜੀ, ਤੇ ਅਸੀਂ ਇਹਨਾਂ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਜੀ। ਅਸੀਂ ਤੁਸੀਂ ਇੱਥੇ ਆਏ ਸੀਗੇ ਉਦੋਂ ਤੁਸੀਂ ਸਲਾਹਾਂ ਕਰਦੇ ਸੀਗੇ, ਕੋਈ ਸਮਾਨ ਸਮੂਨ ਸਾਰੇ ਪੂਰੇ ਹੋ ਗਏ ਜਿਹੜੇ ਸਵੇਰ ਤੋਂ ਚਾਹੀਦੇ?
ਹਾਂਜੀ ਹਾਂਜੀ ਵੱਡੀਆਂ ਗੱਲਾਂ ਹੁੰਦੀਆਂ ਉਹ ਸਾਡੇ ਕੋਲ ਪਹਿਲੇ ਹੁੰਦਾ ਜੀ ਟੋਚਨ ਵਗੈਰਾ ਜੀ ਤੇ ਬਾਕੀ ਸਾਨੂੰ ਦੇਸੀ ਜਗਾੜ ਲਾਉਣੇ ਵੀ ਆਉਂਦੇ ਆ ਸਾਨੂੰ ਜੀ ਤੇ ਹਰ ਗੱਲ ਜਿਹੜਾ ਜਿੱਦਾਂ ਦਾ ਸਮਾਂ ਉਹਦੇ ਹਿਸਾਬ ਨਾਲ ਚੱਲਣਾ ਸਾਨੂੰ ਆਉਂਦਾ ਜੀ ਤੇ ਉਹ ਸਵੇਰੇ ਹਾਕਮ ਨੂੰ ਦੱਸਦਾ ਸੀ ਤੇ ਹਾਕਮ ਨੂੰ ਕਹਿਣਾ ਚਾਹਾਂਗੇ ਵੀ ਇਹ ਰੋਕਾਂ ਬਹੁਤ ਛੋਟੀਆਂ ਵਾ ਤੁਸੀਂ ਆਪਣੇ ਟੈਂਕ ਟੁੰਕ ਮੰਗਾਓ ਤੁਸੀਂ ਆਪਣੇ ਹਵਾਈ ਜਹਾਜ਼ ਸੱਦੋ ਇੱਥੇ ਇਹਨਾਂ ਰੋਕਾਂ ਨਾਲ ਅਸੀਂ ਨਹੀਂ ਰੁਕਣਾ ਜੀ ਇਹ ਤਾਂ ਅਸੀਂ ਪਲਾਂ ਦੇ ਵਿੱਚ ਭਾਵੇਂ ਉਹਨਾਂ ਨੇ ਸੀਮਿੰਟ ਦੀਆਂ ਕੰਧਾਂ ਕੀਤੀਆਂ ਪੰਜਾਬ ਦੇ ਬਾਰਡਰਾਂ 'ਚ ਪੂਰੀ ਤਰ੍ਹਾਂ ਸੀਲ ਕੀਤੇ ਨੇ ਪਰ ਤੁਸੀਂ ਸਵੇਰੇ ਵੇਖਿਓ ਜਦੋਂ ਅਸੀਂ ਅਰਦਾਸ ਬੇਨਤੀ ਕਰਕੇ ਤੁਰੇ ਇਹ ਸਭ ਰੋਕਾਂ ਪਲਾਂ ਦੇ ਵਿੱਚ ਚੱਕੀਆਂ ਜਾਣੀਆਂ ਜੀ ਕੌਣ-ਕੌਣ ਰੱਖ ਲਈਆਂ ਨੇ ਨਾਲ ਉਹ ਸਵੇਰੇ ਪਤਾ ਲੱਗੇਗਾ ਜੀ ਤੁਸੀਂ ਇੱਥੇ ਹੀ ਹੋਣਾ ਤੁਹਾਡਾ ਵੀ ਧੰਨਵਾਦ ਆ ਜੋ ਇਸ ਜੰਗ ਦਾ ਹਿੱਸਾ ਬਣੇ ਜੀ ਤੇ ਉਸ ਮੀਡੀਏ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਜਿਹੜਾ ਇਸ ਵੇਲੇ ਹੱਕ ਸੱਚ ਦੇ ਹਾਂ ਦਾ ਨਾਰਾ ਜਿਹੜਾ ਮਾਰ ਰਿਹਾ ਜੀ ਉਹ ਵੇਖ ਸਕਦੇ ਆ ਤਿਆਰੀ ਇੱਧਰ ਵੇਖਿਓ ਜੀ ਆ ਟਰਾਲੀ ਅਸੀਂ ਲਾ ਕੇ ਤੇ ਕਰਤਾ ਜੀ ਸਾਡਾ ਟੈਂਕ ਖੜਾ ਜੀ ਏਦਾਂ ਬਹੁਤ ਟੈਂਕ ਖੜੇ ਨੇ ਜੀ ਇਹ 4x4 ਆ ਟਰਾਲੀਆਂ ਪਿੱਛੋਂ ਆਜ਼ਾਦ ਕਰਤੀਆਂ ਉਹ ਟਰਾਲੀ ਦੇ ਮਗਰ ਅਸੀਂ ਟਰਾਲੀ ਪਾਲਾਂਗੇ ਤੇ ਜਿਹੜੇ ਏਦਾਂ ਦੇ ਸਾਡੇ ਟੈਂਕ ਨੇ ਉਹ ਅਸੀਂ ਹੁਣ ਇਸ ਵੇਲੇ ਆਜ਼ਾਦ ਖਿਲਾਰੇ ਨੇ ਅਸੀਂ ਜੀ ਇਹ ਵੱਖਰੇ ਪਹਿਲਾਂ ਅੱਗੇ ਜਾਣ ਇਹ ਪਹਿਲਾਂ ਅੱਗੇ ਜਾਣਗੇ ਜੀ ਇਹ ਤਿਆਰ ਖੜੇ ਆ ਜੀ ਇਹ ਤੇ ਇਹ ਜਾ ਰਹੇ ਨੇ ਚਿਹਰਿਆਂ ਤੋਂ ਲੱਗਦਾ ਵੀ ਇਹ ਉਡੀਕ ਕਰ ਰਹੇ ਨੇ ਸਮੇਂ ਦੀ ਵੀ ਕਦੋਂ ਸਾਨੂੰ ਸਲਫ ਵੱਜੇ ਤੇ ਅਸੀਂ ਫਿਰ ਅੱਗੇ ਨੂੰ ਵਧੀਆ ਦਿੱਲੀ ਵੱਲੋਂ ਜੀ ਸਾਹਿਬ ਲੱਗੇ ਮਿਹਰ ਕਰੇ ਜਿੱਦਣ ਇਸ ਨਿਸ਼ਾਨ ਦੀ ਅਗਵਾਹੀ ਦੇ ਵੇਟ ਆਪਾਂ ਸਾਰੇ ਆ ਗਏ ਨਾ ਜੀ ਤੇ ਸਾਰੇ ਮਸਲੇ ਹੱਲ ਹੋ ਜਾਣੇ ਆ ਅਰਦਾਸ ਬੇਨਤੀ ਪਾਤਸ਼ਾਹ ਅੱਗੇ ਪਾਤਸ਼ਾਹ ਏਕਾ ਇਤਫਾਕ ਬਖਸ਼ੇ ਜੀ ਸਭ ਨੂੰ ਜੀ ਪੰਜਾਬ ਦੇ ਵਿੱਚ ਜਿੰਨੇ ਸਾਡੇ ਭਰਾ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਸਭ ਨੂੰ ਪਾਤਸ਼ਾਹ ਏਕਾ ਬਖਸ਼ੇ ਜੀ ਇਹ ਕੁਛ ਨੌਜਵਾਨ ਜਿਵੇਂ ਇੱਥੇ ਕਹਿ ਰਹੇ ਸੀ ਕਿ ਹੈਲਮਟ ਵਗੈਰਾ ਚਾਹੀਦੇ ਨੇ ਇੱਥੇ ਨੌਜਵਾਨ ਨੇ ਇੱਕ ਨੇ ਹੁਣੇ ਆਵਾਜ਼ ਦਿੱਤੀ ਸੀਗੀ ਉਹਦੀਆਂ ਤਿਆਰੀਆਂ ਵੀ ਹੋ ਗਈਆਂ ਬਿਲਕੁਲ ਜੀ ਉਹ ਲਿਆਂਦੇ ਆ ਜੀ ਉਹ ਲਿਆਂਦੇ ਆ ਜੀ ਕੁਝ ਤੇ ਅਸੀਂ ਉੱਥੋਂ ਹੀ ਖੂਹ ਖਾ ਲੈਣੇ ਆ ਜੀ ਮੌਕੇ ਦੇ ਉੱਤੇ ਕੰਮ ਚਲਾ ਲੈਣਾ ਅਸੀਂ ਤੇ ਬਾਕੀ ਅਸੀਂ ਜਿਹੜੇ ਆ ਉਹ ਪ੍ਰਬੰਧ ਕੀਤੇ ਅੱਗੇ ਵੀ ਸਾਡੇ ਨੌਜਵਾਨਾਂ ਨੇ ਟੁਕਣੇ ਹੋ ਜਾਣਾ ਉਹਨਾਂ ਨੇ ਜੀਰੋ ਹੋ ਜਾਣਾ ਜਦੋਂ ਅਰਦਾਸ ਕੀਤੀ ਮਹਾਰਾਜ ਜੀ ਮਹਾਰਾਜ ਨੇ ਕਿਰਪਾ ਕਰਨੀ ਅੜੀ ਜਦੋਂ ਅਰਦਾਸ ਹੋਈ ਮੈਂ ਦੇਖਿਓ ਫਿਰ ਪੌਂ ਵਾਰਾਂ ਉਹ ਟਰਾਲੀਆਂ ਨੇ ਸਾਡੇ ਕੋਠੇ ਆ ਅਸੀਂ ਕੋਠੇ ਆਪਦੇ ਨਾਲ ਲੈ ਕੇ ਜਾਣੇ ਆ ਇਹਨਾਂ ਨੇ ਕੋਠੀਆਂ ਪਾਈਆਂ ਚਾਰ ਚਾਰ ਮੰਜ਼ਲੀਆਂ ਸਾਡੀਆਂ ਇਹੋ ਹੀ ਕੋਠੀਆਂ ਕਿਸਾਨਾਂ ਦੀਆਂ ਕੋਠੀਆਂ ਇਹੋ ਅਸੀਂ ਨਾਲ ਲੈ ਕੇ ਜਾਣੀਆਂ ਜਿਹੜਾ ਕੋਰਟ ਨੇ ਕਿਹਾ ਹੈਗਾ ਕਿ ਤੁਸੀਂ ਟਰੈਕਟਰ ਟਰਾਲੀਆਂ ਨਾਲ ਟਰਾਲੀਆਂ ਨਾ ਖੜੋ ਸਾਡੇ ਦੇ ਕੋਠੇ ਕਿੱਥੇ ਜਾ ਕੇ ਪਾਵਾਂ ਕੋਠਿਆਂ 'ਚ ਹੀ ਬਣਾ ਆਪਦਿਆਂ ਜਿੰਨਾ ਰਾਤੀ ਨੂੰ ਮੀਂਹ ਆ ਗਿਆ ਸੀ ਗੜੇ ਆ ਗਏ ਸੀ ਆਪਦੇ ਕੋਠਿਆਂ 'ਚ ਬਹਿ ਗਏ ਅਸੀਂ ਇਹ ਸਾਡੇ ਕੋਠੇ ਆ ਸਰਕਾਰ ਪ੍ਰਬੰਧ ਨਹੀਂ ਕਰੂਗੀ ਕਿਉਂਕਿ ਤੁਹਾਨੂੰ ਆਪ ਹੀ ਪ੍ਰਬੰਧ ਕਰਨਾ ਪੈਣਾ ਆਪਣੇ ਕਰਕੇ ਆਪਦਾ ਘਰੋਂ ਤੁਰੇ ਆ ਘਰੋਂ ਪ੍ਰਬੰਧ ਆਪਦੇ ਕੋਠੇ ਪਾ ਕੇ ਤੁਰੇ ਪਾਸੇ ਸਰਕਾਰ ਤੇ ਸਾਨੂੰ ਮਾਰਨ ਤੇ ਆਈ ਉਹਨਾਂ ਨੇ ਪ੍ਰਬੰਧ ਸਾਨੂੰ ਉਹਨੇ ਕਰਕੇ ਕੀ ਦੇਣਾ ਜੀ ਉਹਨੇ ਤੇ ਇਹ ਸਰਕਾਰ ਨੂੰ ਪਰ ਹਾਕਮ ਨੂੰ ਦੱਸਣਾ ਚਾਹੁੰਦੇ ਆ ਇਹਨਾਂ ਦੁਆਰਾ ਜ਼ਮੀਨਾਂ ਵਾਹ ਕੇ ਜਿਹੜੀ ਉਪਜ ਪੈਦਾ ਕੀਤੀ ਜਾਂਦੀ ਅੱਜ ਜਿਹੜਾ ਹਾਕਮ ਇਸ ਵੇਲੇ ਵੀ ਪ੍ਰਸ਼ਾਦਾ ਛਕ ਰਿਹਾ ਹੋਣਾ ਨਾ ਜੀ ਉਹ ਉਹੀ ਪ੍ਰਸ਼ਾਦਾ ਵਾ ਜਿਹੜਾ ਕਿਸਾਨ ਨੇ ਹੜ ਵਾਹ ਕੇ ਪੈਦਾ ਕੀਤਾ ਜੀ ਤੇ ਕਿਰਤ ਘਾਨ ਨਹੀਂ ਬਣਨਾ ਚਾਹੀਦਾ ਇਹਨਾਂ ਦੇ ਹੱਕ ਜਿਹੜੇ ਨੇ ਜਿਹੜੇ ਹਾਕਮ ਨੇ ਮੰਗੀਆਂ ਸਨ ਮੰਗਾਂ ਜਿਹੜੀਆਂ ਮੰਨੀਆਂ ਸਨ ਉਹ ਜ਼ਰੂਰ ਲਾਗੂ ਕਰਨੀਆਂ ਚਾਹੀਦੀਆਂ ਨਹੀਂ ਤੇ ਫਿਰ ਇਹਦੇ ਤਿਆਰ ਬਰ ਤਿਆਰ ਆ ਜੀ ਫਿਰ ਸਵੇਰੇ ਪਤਾ ਹੀ ਲੱਗ ਜਾਣੇ ਆ ਜੀ ਫਿਰ ਕਿਹਾ ਵੀ ਅਸੀਂ ਉਹਨਾਂ ਦੇ ਹੀ ਖੋਹ ਲੈਣੇ ਆ ਮੈਨੂੰ ਲੱਗਦਾ ਹੈ ਵੀ ਜਦੋਂ ਸਿੰਘਾਂ ਦੇ ਕੋਲੇ ਪਹਿਲਿਆਂ ਸਮਿਆਂ ਦੇ ਵਿੱਚ ਵੀ ਸ਼ਾਸਤਰ ਨਹੀਂ ਹੁੰਦੇ ਸੀਗੇ ਤੇ ਜਿਹੜਾ ਉਹਨਾਂ ਦਾ ਦੁਸ਼ਮਣ ਹੁੰਦਾ ਸੀ ਉਹਦਾ ਹੀ ਖੋਹ ਕੇ ਉਹਨਾਂ ਲੜਾਈ ਕਰ ਵੇਖੋ ਜੀ ਸਾਨੂੰ ਤੋਰਦਾ ਹੀ ਸਾਡਾ ਇਤਿਹਾਸ ਆ ਜੀ ਅਸੀਂ ਆਪ ਨਹੀਂ ਤੋਰਦੇ ਸਾਡਾ ਵਿਰਸਾ ਸਾਡੀ ਵਿਰਾਸਤ ਹੀ ਸਾਨੂੰ ਅੱਗੇ ਤੋਰਦੀ ਆ ਜੀ ਜਦੋਂ ਸਾਨੂੰ ਬਾਬਾ ਬਘੇਲ ਸਿੰਘ ਵਰਗੇ ਯਾਦ ਆਉਂਦੇ ਨੇ ਜਿਨ੍ਹਾਂ ਦਿੱਲੀ ਨੂੰ ਕਈ ਵਾਰੀ ਫਤਿਹ ਕੀਤਾ ਹਰੀ ਸਿੰਘ ਨੜੂਏ ਵਰਗੇ ਯਾਦ ਆਉਂਦੇ ਨੇ ਸਾਨੂੰ ਫਿਰ ਸਾਡਾ ਉਹ ਖੂਨ ਜਿਹੜਾ ਨਾ ਭਾਵੇਂ ਥੋੜ੍ਹਾ ਬਹੁਤਾ ਭਾਵੇਂ ਉਹ ਕਹਿ ਸਕਦੇ ਠੰਡਾ ਪਿਆ ਹੋਵੇ ਉਹ ਫਿਰ ਉਹ ਬਾਲੇ ਮਾਰਦਾ ਜੀ ਅੱਜ ਇਹਨਾਂ ਸਾਰਿਆਂ ਨੇ ਉਹਨਾਂ ਨੂੰ ਯਾਦ ਕੀਤਾ ਆਪਣੇ ਯੋਧੇ ਬਹਾਦਰਾਂ ਨੂੰ ਜਿੰਨੇ ਸਾਡੇ ਸੂਰਮੇ ਹੋਏ ਨੇ ਉਹਨਾਂ ਨੂੰ ਯਾਦ ਕੀਤਾ ਸਾਡੇ ਇਤਿਹਾਸ ਨੇ ਸਾਨੂੰ ਅੱਗੇ ਤੋਰਨਾ ਜੀ ਤੇ ਇਤਿਹਾਸ ਦਾ ਹੀ ਓਟ ਆਸਰਾ ਲੈ ਕੇ ਉਹਨਾਂ ਯੋਧਿਆਂ ਬਹਾਦਰਾਂ ਦਾ ਜਿਨ੍ਹਾਂ ਨੇ ਦਿੱਲੀ ਆਜ਼ਾਦ ਕਰਾਈ ਸੀ ਡਿਵਾਈਸ ਜਿਹੜੀ ਆ ਇੱਕ ਵੱਡੀ ਮਸ਼ੀਨ ਜੇ ਕਹਿ ਲਈਏ ਉੱਥੇ ਲਾਈ ਜਾ ਰਹੀ ਹੈ ਵੀ ਉਹਦੇ ਨਾਲ ਪਿੱਛੇ ਲੱਗੀ ਹੋਈ ਸਿੰਘੂ ਤੇ ਜੇ ਹੋ ਸਕਦਾ ਹੈ ਸਰਕਾਰ ਇੱਥੇ ਲੈ ਆਉਂਦੀ ਹੈ ਤਾਂ ਸਵੇਰੇ ਉਹ ਲੱਗ ਜਾਂਦੀ ਆ ਉਹਦੇ ਨਾਲ ਇਹੋ ਜਿਹੀਆਂ ਧੁਨਾਂ ਨਿਕਲਣਗੀਆਂ ਕਿ ਉਹ ਕੰਨਾਂ ਨੂੰ ਬੋਲਿਆ ਵੀ ਕਰ ਸਕਦੀਆਂ ਤੁਹਾਨੂੰ ਪਤਾ ਹੀ ਕੁਝ ਨਹੀਂ ਲੱਗੇਗਾ ਤਾਂ ਤੁਸੀਂ ਉਹਦਾ ਵੀ ਬਚਾਅ ਕਰਨ ਦੇ ਲਈ ਕੁਛ ਤਰੀਕਾ ਬਿਲਕੁਲ ਜੀ ਸਾਡੇ ਕੋਲ ਬੜੇ ਬੜੇ ਪ੍ਰਬੰਧ ਆ ਜੀ ਸਾਡੇ ਕੋਲ ਉਹਨੇ ਹਾਕਮ ਵੀ ਪ੍ਰਬੰਧ ਕਰ ਸਕਿਆ ਨਾ ਜਿੰਨੇ ਸਾਡੇ ਕੋਲ ਇੱਕ ਤੇ ਪਹਿਲੀ ਤੇ ਗੱਲ ਆਪਾਂ ਗੱਲ ਸਾਡਾ ਵਿਸ਼ਵਾਸ ਜਿਹੜਾ ਅਰਦਾਸ ਦੇ ਵਿੱਚ ਆ ਜੇ ਤੁਸੀਂ ਜੈਕ ਵਾਲੀਆਂ ਟਰਾਲੀਆਂ ਚੱਕਦੀਆਂ ਤੇ ਆਵਾਜ਼ਾਂ ਹੀ ਉਹਨੂੰ ਮੋੜ ਦੇਣੀਆਂ ਉਹਨਾਂ ਦੀਆਂ ਜੀ ਆਵਾਜ਼ ਮੇਰੇ ਖਿਆਲ ਉਹ ਭਾਵੇਂ ਬੋਲੇ ਹੋ ਜਾਣ ਖੁਦ ਪਰ ਸਾਡੇ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ ਹਾਕਮ ਨੂੰ ਅਸੀਂ ਦੱਸ ਦੇਣਾ ਜੈਕ ਵਾਲੀ ਟਰਾਲੀ ਚੱਕਦੀ ਤਰੰਗਾਂ ਵਿੱਚ ਵੱਜਦੀਆਂ ਤਰੰਗਾਂ ਪਛਾਣ ਨੂੰ ਜਾਣੀਆਂ ਜੀ ਉਹ ਜਿਹੜੇ ਖੜੇ ਨੇ ਉੱਤੇ ਤਨਖਾਹੀਏ ਉਹਨਾਂ ਨੂੰ ਪਿੱਛੇ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ ਇਹ ਤੇ ਉਹ ਵੇਖੋ ਪਾਤਸ਼ਾਹ ਨੇ ਜਦੋਂ ਕਿਰਪਾ ਕੀਤੀ ਤੇ ਫਿਰ ਬੜਾ ਕੁਝ ਹੋਣਾ ਜੀ ਸਵੇਰੇ ਜੀ
ਇਤਿਹਾਸ ਰਚਿਆ ਜਾਵੇਗਾ ਜੀ। ਬਾਬੂ ਜੀ ਤੁਸੀਂ ਕੀ ਕੀ ਤਿਆਰੀਆਂ ਕਰ ਰਹੇ ਨੇ? ਸਾਡੇ ਵੱਲੋਂ ਤਾਂ ਮਹਾਰਾਜ ਨੇ ਇਹੋ ਜਿਹਾ ਸਾਨੂੰ ਕਿਰਪਾ ਬਖਸ਼ੀ ਹੋਈ ਹੈ ਕਿ ਸਾਡੇ ਵੱਲੋਂ ਫੁੱਲ ਤਿਆਰੀਆਂ ਨੇ। ਮੈਂ ਇਹ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵੱਡੇ ਵੱਡੇ ਜੋ ਜੱਜ ਸਾਹਿਬਾਨ ਬੈਠੇ ਨੇ, ਵਕੀਲ ਸਾਹਿਬ ਬੈਠੇ ਹੋਏ ਨੇ, ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਇੱਥੋਂ ਕਿਸ ਰਸਤੇ ਤੋਂ ਬੱਸਾਂ ਦਿੱਲੀ ਜਾ ਰਹੀਆਂ ਨੇ। ਪੰਜਾਬ ਦੇ ਕਿਸੇ ਬਾਰਡਰ ਤੋਂ ਵੀ ਦਿੱਲੀ ਹਰਿਆਣਾ ਪੰਜਾਬ ਦੀ ਬੱਸ ਜਾਂਦੀ ਹੋਵੇ ਤਾਂ ਉਹ ਇਸ ਚੀਜ਼ ਦਾ ਜਵਾਬ ਦੇਣ। ਬਾਰਡਰ ਸੀਲ ਨੇ, ਸਾਰੇ ਬਾਰਡਰ ਸੀਲ ਨੇ ਕਿ ਸਿਰਫ ਇੱਕ ਕੋਈ ਵੀ ਆ ਜੋ ਪਿੰਡਾਂ ਦੇ ਵਿੱਚ ਸਿਰਫ ਬਾਈਕ ਦਾ ਰਸਤਾ ਲੰਘਣ ਵਾਸਤੇ ਹੈ ਨੇ, ਵੀ ਉਹ ਵੀ ਅਨਘੜ ਖੇਤਾਂ ਦੇ ਵਿੱਚੋਂ ਲੋਕ ਹੋ ਕੇ ਜਾ ਰਹੇ ਨੇ, ਜੋ ਕੋਈ ਵਿਦੇਸ਼ ਜਾ ਰਿਹਾ ਕਿਤੇ ਜਾ ਰਿਹਾ। ਤੇ ਹਾਈ ਕੋਰਟ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਬੱਸਾਂ ਰਾਹੀਂ ਉੱਥੇ ਭੇਜਾਂਗੇ ਦਿੱਲੀ। ਜਾਣਾ ਚਾਹੀਦਾ, ਹਾਂ ਜਾਣਾ ਚਾਹੀਦਾ, ਦਿਖਾਉਣ ਸੁਪਰੀਮ ਕੋਰਟ ਸਾਹਿਬ ਉੱਥੇ, ਉਹਨਾਂ ਨੂੰ ਆਰਡਰ ਕਰਨ, ਬਾਰਡਰ ਖੋਲ੍ਹ ਦੇਣ, ਬੱਸਾਂ ਭੇਜ ਦੇਣ, ਸਿੰਘ ਬੱਸਾਂ 'ਤੇ ਚਲੇ ਜਾਣਗੇ, ਖਾਲਸਾ ਬਲਸਾ ਚਲਾ ਜਾਏਗਾ। ਨਹੀਂ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਬੱਸਾਂ ਭੇਜ ਦੇਵੇ, ਤੁਸੀਂ ਉਹਦੇ ਤੇ ਸੁਪਰੀਮ ਕੋਰਟ ਕਰੇ ਨਾ ਇਹ ਚੀਜ਼, ਕੋਰਟ ਸਰਕਾਰ ਨੂੰ ਕਵੇ। ਹਾਂ ਇਹ ਕੋਰਟ ਦੇ ਆਰਡਰ, ਕੋਰਟ ਉਸ ਚੀਜ਼ ਨੂੰ ਲਵੇ ਨਾ, ਐਡੇ ਐਡੇ ਉਹਨਾਂ ਬੈਰੀਕੇਡ ਲਾ। ਕੋਰਟ ਤਾਂ ਕਿਸਾਨਾਂ ਨੂੰ ਕਹਿ ਰਹੇ ਹੈ ਨਾ ਵੀ ਤੁਸੀਂ ਟਰੈਕਟਰ ਛੱਡ ਜਾਓ ਤੇ ਬੱਸਾਂ ਤੇ ਚਲੇ ਜਾਓ, ਆਪਣੀਆਂ ਬੱਸਾਂ ਕਰਾ ਲਓ ਜਾਂ ਤੁਸੀਂ ਪ੍ਰਾਈਵੇਟ ਤੇ ਚਲੇ ਜਾਓ, ਸਰਕਾਰੀ ਤੇ ਚਲੇ ਜਾਓ। ਨਹੀਂ ਰਸਤਾ ਦੇਣ ਨਾ ਜੀ ਸਾਨੂੰ ਇੱਥੋਂ, ਰਸਤਾ ਦੇਣਾ ਸਾਨੂੰ ਜਿੱਥੇ ਇਸ ਜਗ੍ਹਾ ਤੇ ਅਸੀਂ ਬੈਠੇ ਹਾਂ, ਸਾਨੂੰ ਇਸ ਜਗ੍ਹਾ ਤੋਂ ਬੱਸਾਂ ਭੇਜਣ, ਆਪਣੇ ਹਾਈ ਕੋਰਟ ਸੁਪਰੀਮ ਕੋਰਟ ਆਰਡਰ ਕਰਕੇ ਸਰਕਾਰਾਂ ਨੂੰ ਕਰਨ, ਜਿਸ ਨੂੰ ਮਰਜ਼ੀ ਤਾੜਨਾ ਕਰਨ, ਅਸੀਂ ਇਸ ਜਗ੍ਹਾ ਤੋਂ ਬੱਸਾਂ ਤੇ ਜਾਵਾਂਗੇ, ਅਸੀਂ ਇੱਥੋਂ ਕੋਈ ਅੱਗੇ ਥੋੜ੍ਹੀ ਜਾਵਾਂਗੇ ਬੱਸਾਂ ਦੇ। ਕਿਸਾਨ ਆਗੂਆਂ ਨੇ ਜੋ ਫੈਸਲਾ ਲੈ ਲਿਆ ਆ, ਤੁਹਾਨੂੰ ਲੱਗਦਾ ਹੈ ਵੀ ਇਹ ਬਿਲਕੁਲ ਦਰੁਸਤ ਹੈਗਾ? ਜਿਹੜੀ ਪ੍ਰਪੋਜ਼ਲ ਆਈ ਸੀ MSP ਦੀ 5 ਸਾਲ ਵਾਲੀ, ਜਿਹੜੀ ਸਰਕਾਰ ਨੇ ਦਿੱਤੀ ਸੀ, ਉਹਨੂੰ ਵਾਪਸ ਕਰਨ ਦਾ ਬੀਤੀ ਰਾਤ ਫੈਸਲਾ ਲੈ ਲਿਆ ਗਿਆ, ਤਾਂ ਤੁਹਾਨੂੰ ਲੱਗਦਾ ਵੀ ਇਹ ਬਿਲਕੁਲ ਸਹੀ ਫੈਸਲਾ ਹੋ ਗਿਆ? ਨਹੀਂ, ਜੋ ਸਾਡੇ ਕਿਸਾਨ ਆਗੂ ਨੇ ਨਾ, ਸੂਝਵਾਨ ਨੇ, ਉਹ ਜੋ ਸਹੀ ਕਰਦੇ ਪਏ ਨੇ, ਉਹਨਾਂ ਦਾ ਅਟਲ ਫੈਸਲਾ ਹੈ। ਸਰਕਾਰ ਉਹਨਾਂ ਦੀ ਨੀਤੀਆਂ ਮਾਰੂ ਨੀਤੀ ਤੇ ਚੱਲਦੀ ਪਈ ਹੈ। ਜੇ ਅਗਰ ਸਾਡੇ ਵੱਡੇ ਕਿਸਾਨ ਵਿਦਵਾਨ ਬੈਠੇ ਨੇ, ਜੋ ਉਹਨਾਂ ਨੂੰ ਚੰਗਾ ਨਹੀਂ ਲੱਗਾ ਤਾਂ ਉਹਨਾਂ ਨੇ ਸਰਕਾਰ ਨੂੰ ਜਵਾਬ ਦਿੱਤਾ। ਅੱਛਾ, ਤਾਂ ਹੁਣ ਸਵੇਰ ਦੀ ਜਿਹੜੀ ਤਿਆਰੀ ਹੈ, ਕਿਸਾਨ ਆਗੂਆਂ ਨੇ ਤੁਹਾਨੂੰ ਬਿਲਕੁਲ ਮੀਟਿੰਗ ਹੋ ਚੁੱਕੀਆਂ ਨੇ ਵੀ ਇੰਜ ਜਾਣਾ ਆ, ਅੱਗੇ ਕੌਣ ਲੱਗੂਗਾ, ਸਾਰਾ ਕੁਝ ਪਤਾ? ਅੱਗੇ ਸਾਡੇ ਲੱਗੇਗਾ ਜੀ, ਵਾਹਿਗੁਰੂ ਦਾ ਜਕਾਰਾ ਲੱਗੇਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਅੱਗੇ ਪੈੜਾ ਕਰਨਗੇ ਸਿੰਘ ਸ਼ਹੀਦ ਕਰਨਗੇ ਜੀ, ਸਿੰਘ ਸ਼ਹੀਦ ਹੀ ਅੱਗੇ ਪਹਿਲਾਂ ਸਾਡੇ ਸਮਰਥ, ਜੋ ਸਾਡੀ ਢਾਲ ਬਣੇਗੇ ਅਰਦਾਸਾਂ ਬੇਨਤੀਆਂ ਕਰਕੇ, ਸਾਡੇ ਜੋ ਅਸੀਂ ਅੱਜ ਕਹਿ ਰਹੇ ਸਾਨੂੰ ਆਹ ਢਾਲਾਂ ਦੀ ਲੋੜ ਨੇ, ਉਹ ਸਾਡੇ ਸਿੰਘ ਸ਼ਹੀਦ ਹੀ ਢਾਲ ਬਣ ਕੇ ਸਾਡਾ ਪੂਰਨ ਸਾਥ ਦੇ ਕੇ ਤੇ ਅਸੀਂ ਫਤਿਹ ਕੰਮ ਕਰਾਂਗੇ। ਸਿੰਘਾਂ ਨੇ ਜੰਗਲਾਂ ਦੇ ਵਿੱਚ ਪੱਤਾ ਪੱਤਾ ਖਾ ਕੇ ਗੁਜ਼ਾਰਾ ਕਰ ਲਿਆ ਸੀਗਾ, ਤੇ ਅੱਜ ਇਹ ਸਿੰਘਾਂ ਦੇ ਕੋਲੇ ਸਾਰਾ ਕੁਝ, ਸਿੱਖਾਂ ਦੇ ਕੋਲੇ, ਕਿਸਾਨਾਂ ਦੇ ਕੋਲੇ ਹੈਗਾ ਹੈ, ਤੇ ਅੱਜ ਤਿਆਰ ਬਣ ਗਿਆ। ਹਾਂ ਉਹ ਵੀ ਮੈਂ ਦੱਸਣਾ ਚਾਹੁੰਦਾ ਵੀ ਜਿਸ ਟਾਈਮ ਸਾਡਾ ਮੁਗਲਾਂ ਨੇ ਸਾਨੂੰ ਦਬਾਉਣਾ ਚਾਹਿਆ, ਅਸੀਂ ਜੰਗਲਾਂ 'ਚ ਬੈਠੇ, ਉਹਨਾਂ ਟਾਈਮਾਂ ਦੇ ਵਿੱਚ ਵੀ ਸਾਡੇ ਸਿੱਖਾਂ ਦੀ ਗਿਣਤੀ ਘੱਟ ਸੀ, ਗਰੀਬ ਮਜ਼ਦੂਰ ਦੀ ਸੰਖਿਆ ਘੱਟ ਸੀ, ਜ਼ਾਲਮ ਦਬਾਉਣਾ ਚਾਹੁੰਦਾ ਸੀ ਹਿੰਦੁਸਤਾਨ ਨੂੰ, ਪਰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਗਰੀਬ ਮਜ਼ਦੂਰ ਸਾਹਿਬ ਨੇ ਰਲ ਮਿਲ ਕੇ ਹੱਲਾ ਮਾਰਿਆ। ਉਸ ਟਾਈਮ ਜੰਗਲਾਂ ਦੇ ਵਿੱਚ ਰਹਿ ਕੇ ਇੰਨੇ ਇੰਨੇ ਵੱਡੇ ਸੰਘਰਸ਼ ਕਰੇ ਕਿ ਜ਼ਾਲਮ ਦੇ ਮੂੰਹ ਮੋੜ ਤੇ, ਜਾਬਰ ਜ਼ੁਲਮ ਔਰੰਗਜ਼ੇਬ ਵੀ ਇਸ 'ਤੇ ਚੜ ਗਿਆ, ਉਹਨੂੰ ਵੀ ਮੂੰਹ ਦੀ ਹਾਰ ਦੇਖਣੀ ਪਈ। ਅੱਜ ਤਾਂ ਸਾਡੇ ਕੋਲ ਮਹਾਰਾਜ ਨੇ ਪਤਾ ਨਹੀਂ ਕੀ ਕੁਛ ਸਾਨੂੰ ਬਖਸ਼ਿਆ ਹੋਇਆ, ਰੋਡ ਬਖਸ਼ੇ ਨੇ, ਟਰੈਕਟਰ ਐਡੇ ਐਡੇ ਸਾਡੇ ਟੈਂਕ ਬਖਸ਼ੇ ਹੋਏ ਨੇ, ਪਰ ਸਭ ਤੋਂ ਵੱਡਾ ਸਾਡਾ ਗੁਰੂ ਜੀ ਦਾ ਲੰਗਰ ਹੈ, ਉਹਦੇ 'ਤੇ ਸਾਡੀ ਪਾਰ ਕਿਰਪਾ ਹੈ। ਗੁਰੂ ਨਾਨਕ ਸਾਹਿਬ ਜੀ 20 ਰੁਪਏ ਦਾ ਲੰਗਰ ਲਾ ਕੇ ਆਏ ਸੀ, ਅੱਜ ਕੋਈ ਵੀ ਸਰਕਾਰ ਨੇ ਕਿਤੇ ਲੰਗਰ ਚਲਾਵੇ, ਅਸੀਂ ਪੁੱਛਣਾ ਚਾਹੁੰਦੇ ਜੇ ਚਲਾ ਸਕਦੇ ਨੇ। ਸੰਗਤ ਦਾ, ਗੁਰੂ ਦਾ ਲੰਗਰ ਇਸ ਸਥਾਨਾਂ 'ਤੇ ਚੱਲਦਾ ਪਿਆ ਹੈ। ਉਹਨਾਂ ਜਦੋਂ ਜਿਸ ਟਾਈਮ ਸਾਡੇ ਜੰਗਲਾਂ 'ਚ ਸਿੱਖ ਰਹਿੰਦੇ ਸੀ, ਉਸ ਟਾਈਮ ਉਹਨਾਂ ਨੂੰ ਖਾਣੇ ਦੀ ਇੰਨੀ ਨਹੀਂ ਸੀ, ਪਰ ਵਾਹਿਗੁਰੂ ਦਾ ਉਹ ਜਾਪ ਕਰਦੇ ਸੀ, ਤਾਪ ਕਰਦੇ ਸੀ, ਉਹਨਾਂ ਨੇ ਉਦੋਂ ਫਤਿਹ ਕੀਤੀ ਸੀ। ਹੁਣ ਤਾਂ ਸਿੰਘਾਂ ਦੇ ਕੋਲ ਕੋਈ ਘਾਟ ਨਹੀਂ ਹੈ ਕਿਸੇ ਚੀਜ਼ ਦੀ ਵੀ। ਨੁਕਸਾਨ ਵੀ ਬਹੁਤ ਹੁੰਦਾ, ਬਹੁਤ ਸਾਰੇ ਕਿਸਾਨਾਂ ਦੇ, ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਕਿਸੇ ਦੀ ਅੱਖ ਫੱਟੜ ਹੋ ਗਈ ਹੈ, ਕਿਸੇ ਦੇ ਹੋਰ ਕਿਤੇ ਸੱਟਾਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦੀਆਂ, ਤਾਂ ਬਜ਼ੁਰਗ ਵੀ ਬਹੁਤ ਸਾਰੇ ਕਿਸਾਨ ਨੇ, ਤਾਂ ਫਿਰ ਬਜ਼ੁਰਗਾਂ ਨੂੰ ਪਿੱਛੇ ਰੱਖਿਆ ਜਾਂਦਾ ਕਿ ਬਜ਼ੁਰਗ ਵੀ ਅੱਗੇ ਜਾਣਗੇ? ਮੇਰਾ ਸਾਥੀ ਸੀ ਸਰਦਾਰ ਮਨਜੀਤ ਸਿੰਘ, ਪ੍ਰਧਾਨ ਕਿਸਾਨ ਯੂਨੀਅਨ ਕੰਗਥਲੇ ਤੋਂ ਜੀ, ਅਸੀਂ 3-4 ਦੇ, ਜਿਸ ਦਿਨ 14 ਤਰੀਕ ਦੀ ਗੱਲ ਹੈ, ਉਹਨਾਂ ਨੇ ਇੰਨੇ ਅਥਰੂ ਗੈਸ ਉਹਨਾਂ ਨੇ ਫੇਕੇ ਨੇ, ਬੰਬ ਸੁੱਟੇ ਨੇ, ਉਹ ਜਿਹੜੇ ਉਹਨਾਂ ਨੇ ਉਹ ਬੰਬ ਸੁੱਟੇ ਨੇ, ਉਹ ਸਮੁੰਦਰੀ ਲਟੇਰੇ ਜੋ ਨੈਵੀ ਫੌਜ ਦੇ ਉੱਪਰ ਸੁੱਟੇ ਜਾਂਦੇ ਨੇ, ਉਹ ਉਹਨਾਂ ਨੇ ਬੰਬ ਸੁੱਟੇ ਨੇ, ਉਹ ਇਸ ਜਗ੍ਹਾ 'ਤੇ ਨਹੀਂ ਚੱਲਦੇ। ਉਹਦੀ ਇੰਨੀ ਜ਼ਿਆਦਾ ਜੋ ਪ੍ਰਦੂਸ਼ਣ ਹੈ ਨਾ,
जिस इंसान के अंदर चला जाता है ओदा इन्ना वड्डा नुकसान है कि समा पै के ओदे सुन शक्ति सहन शक्ति नूं कमजोर कर दी। साडा ओ किसान उस दिन मैं साडे मूहरे सी असी ओह बेचारा अज शहीद हो गया है ओ थोड़ी जी हाँ शहीद होने कारण अजे भी साडी डेड बॉडी पटियाले हस्पताल दे विच पई आ। साडी सरकार वल्लों बेनती आ भी अजे तक सानू डेड बॉडी नहीं मिली। ਆਦਤਾਂ ਜਿਹੜੀਆਂ ਨੇ ਉਹ ਹੋ ਗਈਆਂ ਨੇ ਅਜਾ ਅਜੇ ਮੋਰਚਾ ਲੱਗੇ ਨੂੰ ਥੋੜੇ ਦਿਨ ਹੋਏ ਨੇ ਔਰ ਉਹਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਧੂਆਂ ਹੈ ਉਹ ਜੀ ਕੀ ਮੰਗ ਕੀ ਹੈਗੀ ਪ੍ਰਸ਼ਾਸਨ ਤੋਂ ਕੋਈ ਹੈਗੀ ਹੈ ਤੁਹਾਨੂੰ ਲੱਗਦਾ ਹੈ ਵੀ ਕੋਈ ਰਿਆਇਤ ਮਿਲ ਸਕਦੀ ਹੈ ਤੁਹਾਨੂੰ ਅੱਗੇ ਵੈਸੇ ਜਾਣ ਦਿੱਤਾ ਜਾ ਸਕਦਾ? ਅਸੀਂ ਤਾਂ ਪ੍ਰਸ਼ਾਸਨ ਤੋਂ ਤਾਂ ਕੀ ਮੰਗ ਕਰ ਸਕਦੇ ਸਸ ਤੋਂ ਕਾਲ ਵੈਗਰੂ ਤੋਂ ਕਾਲ ਪੁਰਖ ਤੋਂ ਹੀ ਮੰਗ ਕਰਦੇ ਆ ਸੱਚੇ ਪਾਤਸ਼ਾਹ ਨੂੰ ਕੋਈ ਇਹੋ ਜੀ ਮਤ ਸਮਤ ਬਖਸ਼ ਜੋ ਕਿਸੇ ਦੇ ਧੱਕਾ ਨਿਆਏ ਨਾ ਕਰਨ ਜੋ ਧੱਕਾ ਕਰਨ ਜਾਣਦੇ ਨੇ ਖਾਲਸਾ ਉਹਦੇ ਨਾਲੋਂ 10 ਗੁਣਾ ਵੱਧ ਸਹਿਣ ਸ਼ਕਤੀ ਜਾਣ ਸਕਦਾ ਹੈ। ਬਾਕੀ ਸਾਰੇ ਸਰਪੰਚ ਸਾਹਿਬ ਜਾਣਗੇ ਤੁਸੀਂ ਜਾਓਗੇ ਸਰ ਜੀ ਅੱਜ ਇੱਕ ਛੋਟੀ ਜਿਹੀ ਗੱਲ ਜ਼ਰੂਰ ਸਾਂਝੀ ਕਰਾਂਗੇ। ਜਿੱਥੇ ਬੈਰੀਗੇਡਿੰਗ ਤੇ ਕੀਤੀ ਗਈ ਕੰਧਾਂ ਕੀਤੀਆਂ ਗਈਆਂ ਉੱਥੇ ਅੱਜ ਲੈਟ ਵੀ ਬੰਦ ਆ ਸਾਡੀ ਸਵੇਰ ਦੀ ਜੀ ਨੈੱਟ ਵੀ ਬੰਦ ਆ ਲੈਟ ਵੀ ਬੰਦ ਆ ਸਾਡੇ ਸੰਪਰਕ ਬਿਲਕੁਲ ਟੁੱਟੇ ਨੇ ਆਸੇ ਪਾਸੇ ਪਰਿਵਾਰਾਂ ਨਾਲੋਂ। ਚਲੋ ਪਰਿਵਾਰ ਦੇ ਅਸੀਂ ਛੱਡ ਹੀ ਆਏ ਹਾਂ ਜੀ ਪਿੱਛੇ ਅਰਦਾਸ ਕਰਕੇ ਤੁਰੇ ਹਾਂ। ਲਾਈਟ ਤੁਸੀਂ ਕਨੈਕਸ਼ਨ ਕਿੱਥੋਂ ਲਿਆ ਹੋਇਆ ਸੀਗਾ? ਸਾਡੇ ਇੱਥੇ ਅੱਜ ਦੀਆਂ ਜਾ ਰਹੀਆਂ ਸਟਰੀਟ ਲਾਈਟਾਂ ਜੀ ਜਿਹੜੀਆਂ ਪਿੱਛੇ ਤਾਂ ਚੱਲ ਰਹੀਆਂ ਨੇ ਉਹ ਜਿਹੜਾ ਉਹ ਸਾਈਡ ਹੋਟਲ ਹੈ ਜੀ ਉਹਨਾਂ ਦਾ ਆਪਣਾ ਜੀ ਉਹਨਾਂ ਦਾ ਹਰਿਆਣਾ ਹਾਂ ਹੋਟਲ ਦੀਆਂ ਜੀ ਇੱਧਰ ਪੰਪ ਦੀਆਂ ਜੀ ਇੱਧਰ ਵੇਖੋ ਸਾਰੇ ਪਾਸੇ ਇਹ ਬੰਦ ਆ ਜੀ ਲਾਈਟ ਇਹ ਸਵੇਰ ਤੋਂ ਲਾਈਟ ਬੰਦ ਆ ਜੀ ਤੇ ਨੈੱਟ ਵੀ ਬੰਦ ਆ। ਮਤਲਬ ਸਰਕਾਰਾਂ ਹਰ ਹੱਥਕੰਡਾ ਵਰਤਰੀਆਂ। ਇੱਕ ਮੈਂ ਜ਼ਰੂਰ ਅੱਜ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਸਾਡਾ ਕਿਸਾਨ ਸ਼ਹੀਦ ਹੋਇਆ ਜਿਹੜਾ ਛੋਟੇ ਵੀਰ ਨੇ ਦੱਸਿਆ ਇੱਥੇ ਸਾਨੂੰ ਮਿਲ ਕੇ ਵੀ ਗਿਆ ਜੀ ਉਦੋਂ ਉਹ ਭਾਈ ਸਾਹਿਬ ਦੇ ਨਾਲ ਸੀ ਆਏ ਇੱਥੇ ਤੇ ਪਰ ਪਤਾ ਨਹੀਂ ਸੀ ਬੰਦੇ ਨੇ ਵਿਛੜ ਜਾਣਾ ਜੀ ਉਹ ਵਿਛੋੜਾ ਦੇ ਗਿਆ। ਪਰ ਉਹ ਜਿਹੜੀਆਂ ਮੰਗਾਂ ਇੱਕ ਪਾਸੇ ਦੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ ਪਰ ਦੂਸਰੇ ਪਾਸੇ ਅਜੇ ਵੀ ਉਸਦੀ ਮ੍ਰਿਤਕ ਦੇਹ ਜਿਹੜੀ ਉੱਥੇ ਪਈ ਆ ਜੀ ਸਰਕਾਰ ਨੇ ਮੰਗ ਨਹੀਂ ਮੰਨੀ ਜੀ ਤੇ ਉਹਦਾ ਜਿਹੜਾ ਯੋਗ ਮੰਗਾਂ ਸੀਗੀਆਂ ਮੁਆਵਜ਼ਾ ਕੋਈ ਚਾਹੇ ਮੁਆਵਜ਼ਾ ਨਾਲੇ ਪਰਿਵਾਰ ਨੂੰ ਨੌਕਰੀ ਜੀ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆ। ਉਹ ਜੀ ਹੱਕ ਸੱਚ ਲਈ ਉਹ ਕਦੇ ਆਪਣੇ ਆਪਣੀ ਪੈਲੀ ਲਈ ਥੋੜਾ ਸ਼ਹੀਦ ਹੋਇਆ ਜੀ ਉਹ ਪੰਜਾਬ ਲਈ ਹੋਇਆ ਆਪਣੀ ਸਮਾਜ ਲਈ ਸ਼ਹੀਦ ਹੋਇਆ ਜੀ ਉਹ ਸੋ ਇਸ ਕਰਕੇ ਉਹਦੀ ਜਿਹੜੀ ਸ਼ਹਾਦਤ ਹੈ ਜਿਹੜੀ ਡਾਕਟਰੀ ਰਿਪੋਰਟ ਦੇ ਵਿੱਚ ਵੀ ਆਇਆ ਕਿ ਜਿਹੜਾ ਧੂੰਆਂ ਜਿਹੜਾ ਉਹਦੇ ਕਾਰਨ ਹੋਈ ਹੈ ਜੀ। ਪਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਅਜੇ ਜਿਹੜੀਆਂ ਮੰਗਾਂ ਸਰਕਾਰ ਨੇ ਨਹੀਂ ਮੰਨੀਆਂ ਸਰਕਾਰ ਨੂੰ ਚਾਹੀਦਾ ਕਿ ਵਾਕਿਆ ਜੇ ਉਹ ਕਿਸਾਨ ਹਿਤੈਸ਼ੀ ਹੈ ਪੰਜਾਬ ਸਰਕਾਰ ਤੇ ਉਹਨੂੰ ਫੌਰਨ ਹੁਣੇ ਹੀ ਆਰਡਰ ਕੀਤੇ ਜਾਣ ਇੱਕ ਪਰਿਵਾਰ ਨੂੰ ਨੌਕਰੀ ਤੇ ਨਾਲੇ 1 ਕਰੋੜ ਰੁਪਇਆ ਜਿਹੜਾ ਉਸਦੇ ਪਰਿਵਾਰ ਨੂੰ ਦਿੱਤਾ ਜਾਵੇ ਜੀ। ਬਾਪੂ ਜੀ ਜਾਣਾ ਹੈ ਸਵੇਰੇ ਤੁਸੀਂ? ਹਾਂ ਬਿਲਕੁਲ ਤਿਆਰੀ ਫੁੱਲ ਜੀ ਪੂਰੀ ਤਿਆਰੀ ਹੈ। ਹਾਂ ਕਿੱਥੋਂ ਆਇਓ? ਪਿੰਡ ਕਲਸੀਆਂ ਕਲਾਂ। ਅੱਛਾ ਤੇ ਬਾਪੂ ਨੇ ਬੈਜ ਬੂਜ ਲਾ ਲਿਆ ਹੈਗਾ? ਹਾਂ ਲਾਇਆ ਸਭ ਕੁਝ ਲਾਇਆ ਝੰਡਾ ਸਭ ਕੁਝ ਕੋਲ ਆ ਸਾਡੇ ਤਿਆਰੀਆਂ ਨੇ ਫੁੱਲ। ਅਗਲੇ ਪਾਸੇ ਜਾਣਾ? ਅਗਲੇ ਪਾਸੇ ਜਾਵਾਂਗੇ ਪੂਰਾ ਮੋਰਚਾ ਜਿੱਤ ਕੇ ਜਾਵਾਂਗੇ ਨਹੀਂ ਤੇ ਇੱਥੇ ਸ਼ਹੀਦੀਆਂ ਪਾਵਾਂਗੇ। ਸ਼ਹਾਦਤਾਂ ਦੇ ਅੱਗੇ ਵੀ ਕਿਸਾਨਾਂ ਦੀਆਂ ਹੋ ਗਈਆਂ ਨੇ ਤਾਂ ਸ਼ਹਾਦਤ ਤੁਹਾਨੂੰ ਲੱਗਦਾ ਹੈ ਵੀ ਇੱਥੇ ਜਿਹੜਾ ਧੂੰਆਂ ਆ ਉਹਦੇ ਨਾਲ ਜਾਂ ਹੋਰ ਜਿਹੜੀਆਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਰਬੜ ਦੀਆਂ ਉਹਦੇ ਨਾਲ ਹੋ ਰਹੀਆਂ ਨੇ ਕਿ ਜਾਂ ਫਿਰ ਮੌਸਮ ਦਾ ਕਰਕੇ ਕੋਈ ਮੁਸ਼ਕਲ ਆਉਂਦੀ ਹੈ? ਨਹੀਂ ਮੌਸਮ ਦੀ ਵੇਖੋ ਜੇ ਧੂੰਏ ਨਾ ਆਉਣੀ ਮੌਸਮ ਨਾਲ ਤਾਂ ਕੋਈ ਨਹੀਂ ਧੂਣਾ ਤੇ ਹੋਣਾ ਹੋਣਾ ਉਹਦੇ ਅੱਗੇ ਹੋਣਾ ਚਲਾਉਣੇ ਚਲਾਉਣੇ ਸਾਨੂੰ ਵੀ ਪਤਾ ਚਲਾਉਣੇ ਬਾਕੀ ਅਸੀਂ ਵਧਣਾ ਅੱਗੇ। ਇਹ ਨਾ ਪਾਕਿਸਤਾਨ ਦੇ ਬਾਰਡਰ ਤੇ ਕਾਂਦਿਆ ਨਾ ਚੀਨ ਦੇ ਬਾਰਡਰ ਤੇ ਕਾਂਦਿਆ ਇਹ ਸਾਨੂੰ ਦੂਜਾ ਦੇਸ਼ ਸਮਝਿਆ ਇੱਥੇ ਸਾਡੇ ਹਰਿਆਣੇ ਬਾਰਡਰ ਤੇ ਕੰਧਾਂ ਇਹਨਾਂ ਕਰਤੀਆਂ ਨੇ। ਪਾਕਿਸਤਾਨ ਜਾਣਾ ਵਾ ਅਸੀਂ ਪਾਕਿਸਤਾਨ ਦੇ ਲਾਗਿਓ 20 ਕਿਲੋਮੀਟਰ ਉਰੇ ਆਏ ਹਾਂ ਉੱਥੇ ਕੋਈ ਕੰਧ ਰਮਾ ਰਮ ਜਾ ਸਕੀ ਤਾਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਆਏ? ਹਾਂਜੀ ਤਨ ਤਨ ਜਿਹੜਾ ਸਾਡਾ ਪਹੁੰਚ ਪੈਂਦਾ ਪਹਿਲਾਂ ਅੰਮ੍ਰਿਤਸਰ ਹੀ ਪੈਂਦਾ ਹੁਣ ਤਰਤਾਰਨ ਤਹਿਸੀਲ ਪੱਟੀ ਪੈਂਦੀ ਆ ਆ ਭਿੱਖੀਵਣ ਦੇ ਲਾਗੇ। ਮਾਝੇ ਵਾਲੇ ਤੁਸੀਂ? ਮਾਝੇ ਵਾਲੇ ਜੀ ਮਾਝੇ ਵਾਲਿਆਂ ਨੂੰ ਜਾਣਦੇ ਜੀ ਤੁਸੀਂ ਕੁਰਬਾਨੀਆਂ ਸਾਰੀ ਅੱਗੇ ਮਾਝੇ ਵਾਲਿਆਂ ਦੀ ਹੁਣ ਵੀ ਕਰਨਗੇ ਬਾਰਡਰ ਤੋੜਨੇ ਆ ਫਿਰ ਨਾਲ ਨਹੀਂ ਮਾਝਾ ਤੇ ਇੱਥੇ ਮਾਲਵਾ ਸਾਰਾ। ਹਾਂਜੀ ਮਾਲਵਾ ਤੇ ਮਾਝਾ 75 ਸਾਲ ਦੀ ਮੇਰੀ ਉਮਰ ਹੋ ਗਈ ਕੋਈ ਗੱਲ ਪੂਰਾ ਡਟ ਕੇ ਨਾਲ ਜਾਵਾਂਗੇ। ਗੋਡੇ ਵੀ ਹਾਲੀ ਮਾਂ ਪਵਾਏ ਹੋਏ ਨੇ ਰਿਪੇਅਰ ਕਰਾਏ ਹੋਏ ਨੇ ਦੋਵੇਂ ਪਰ ਫਿਰ ਵੀ ਡਟੇ ਆ ਦੋਵੇਂ ਗੋਡੇ ਨਹੀਂ ਵੇਹੜ ਮੇਰਾ ਦੋਵੇਂ ਰਿਪੇਅਰ ਕਰਾਏ ਹੋਏ ਨੇ ਮੂਹਰੇ ਹੋ ਗਏ ਚੱਲਾਂਗੇ ਪਿੱਛੇ ਹੋ ਗਏ ਮੁੰਡੇ ਵਾਲੇ ਮੂਹਰੇ ਹੋ ਕੇ ਚੱਲਾਂਗੇ। ਅੱਛਾ ਅੱਗੇ ਜਾਣਾ ਵੇਖ ਲਓ ਬਈ ਨੌਜਵਾਨੋ ਅੱਗੇ ਜਾਣਾ ਬਾਪੂ ਨੇ ਠੀਕ ਹੈ ਜੀ ਨਾਲ ਬਾਪੂ ਤਾਂ ਅੱਗੇ ਚੱਲਾਂਗੇ ਜੀ। ਸਾਡੇ ਬਾਪੂ ਜੀ ਹਿੰਮਤ ਦੇਖੋ ਕੱਲਾ ਕੁੜਤਾ ਪਜਾਮਾ ਪਾਇਆ ਕੋਈ ਜਾਕਟ ਨਹੀਂ ਬਾਕੀ ਸਾਡੇ ਨੌਜਵਾਨਾਂ ਦੇ ਜਾਕਟਾਂ ਨੇ ਗੋਡੇ ਵੀ ਰਿਪੇਅਰ ਕਰਾਏ ਨੇ ਖਾਇਓ ਇੱਧਰ ਜੈਕਟਾਂ ਪਾਈਆਂ ਹੋਈਆਂ ਔਰ ਬਾਪੂ ਨੇ ਕੱਲਾ ਬਾਪੂ ਜੀ ਸਾਡੇ ਹਾਈ ਕੋਰਟ ਤੇ ਸੁਪਰੀਮ ਕੋਰਟ ਆ ਅਸੀਂ ਤਾਂ ਜੋ ਇਹਨਾਂ ਨੇ ਸੇਧ ਦੇਤੀ ਜਾਂ ਸਾਡੇ ਕਿਸਾਨ ਲੀਡਰਾਂ ਨੇ ਦੇਤੀ ਅਸੀਂ ਤਾਂ ਉਹਦੇ ਮਗਰ ਜਾਣਾ ਜਦੋਂ ਤੱਕ ਅਸੀਂ ਤੇ ਇੱਕ ਜਿਹੜਾ ਤੁਸੀਂ ਫਸਟ ਕੁਐਸਚਨ ਕੀਤਾ ਸੀਗਾ
ਵੀ ਹਾਈ ਕੋਰਟ ਇਹ ਕਹਿ ਰਿਹਾ ਵੀ ਤੁਸੀਂ ਟਰੈਕਟਰ ਠੱਲ ਜਾਓ ਤੇ ਤੁਰ ਕੇ ਚਲੇ ਜਾਓ। ਕੋਈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਉੱਥੇ ਜੱਜ ਜਾਂ ਵਕੀਲ ਬੈਠੇ ਆ ਕੋਈ ਉਹਨਾਂ ਨੂੰ ਇਹ ਪੁੱਛੇ ਵੀ ਤੁਸੀਂ ਪੈਨ ਆ ਤੇ ਆਪਦਾ ਕਾਨੂੰਨ ਬੰਦ ਕਰਕੇ ਉੱਥੇ ਰੱਖਿਓ ਤੇ ਆ ਕੇ ਕਿਸੇ ਨੂੰ ਨਿਆਂ ਦੇ ਦਿਓ? ਦੇ ਦੇਣਗੇ? ਸੁਪਰੀਮ ਜਾਂ ਹਾਈ ਕੋਰਟ 'ਚ ਜਿੰਨੇ ਵੀ ਡਿਊਟੀ ਕਰਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਪੈਨ ਵੀ ਨਹੀਂ ਚੱਕਣਾ ਆਪਦਾ, ਆਪਦੀ ਬੁੱਕ ਵੀ ਨਹੀਂ ਖੋਲ੍ਹਣੀ, ਉਹਦੇ ਤੋਂ ਬਿਨਾਂ ਕਿਸੇ ਨੂੰ ਤੁਸੀਂ ਫੈਸਲਾ ਦੇ ਦਿਓ ਤੇ ਉਹ ਦੇ ਦੇਣਗੇ ਜਿਹੜੇ ਸਾਡੇ ਟਰੈਕਟਰਾਂ 'ਤੇ ਆ। ਟਰੈਕਟਰ ਸਾਡੇ ਖੇਤੀ ਕਰਦੇ, ਅਸੀਂ ਦੱਸੋ ਕਿ ਇਹਦੇ ਮਗਰ ਬੰਬ ਬੰਨੀ ਬੈਠੇ ਹਾਂ ਜਾਂ ਕੋਈ ਦਿਖਾ ਦਿਓ? ਤੁਸੀਂ ਮੀਡੀਆ ਇੱਥੇ ਸਰਚ ਕਰਦੇ ਹੀ ਫਿਰਦਾ, ਤੁਸੀਂ ਰਿਪੋਰਟਾਂ ਲੈਣੀ। ਖੇਤੀ ਖੇਤੀ ਕਰਨ ਦੇ ਲਈ ਸਾਧਨ ਹੈਗਾ ਹੈ, ਖੇਤੀ ਕੀਤੀ ਜਾ ਸਕਦੀ ਹੈ। ਤੁਸੀਂ ਦੂਜੇ ਸਾਧਨ ਜਿਹੜੇ ਨੇ, ਜਿਹੜੀ ਪਬਲਿਕ ਟਰਾਂਸਪੋਰਟ ਹੋ ਗਈ ਜਾਂ ਤੁਹਾਡੀ ਆਪਣੀ ਕੋਈ ਟਰਾਂਸਪੋਰਟ ਆ, ਉੱਥੇ ਜਾ ਸਕਦੇ ਹੋ, ਟਰੈਕਟਰਾਂ 'ਤੇ ਨਾ ਜਾਇਆ ਜਾ। ਦੇਖੋ ਜੀ, ਜਿਹੜਾ ਦਰਮਿਆਨਾ ਜ਼ਿਮੀਂਦਾਰ ਆ ਉਹਦੇ ਕੋਲ ਜਿਹੜੀ ਉਹਦੀ ਟਰਾਂਸਪੋਰਟ ਉਹ ਟਰੈਕਟਰ ਹੀ ਆ, ਇਹ ਨਾ ਥੋਪਿਆ ਜਾਵੇ। ਜਦੋਂ ਸਾਡੇ ਉਹਨਾਂ ਨੇ ਐਕਸਪੋਰਟ ਡਿਊਟੀ ਘਟਾਈ ਜਾਂਦੇ ਆ, ਸਾਨੂੰ ਉਹ ਕਹੀ ਜਾਂਦੇ ਵੀ ਅਸੀਂ ਝੋਨੇ ਤੇ ਜਿਹੜਾ ਕਣਕ ਦੇ ਥੱਲਿਓਂ ਛੱਡੂਗਾ ਰਕਬਾ ਉਹਨੂੰ MSP ਦੇਵਾਂਗੇ, ਤੇ ਸਾਡੀਆਂ ਤਾਂ ਪੰਜਾਬ ਦੇ ਵਿੱਚ ਖੇਤੀ ਝੋਨਾ ਤੇ ਕਣਕ ਆ, ਸਾਡੇ ਹਰ ਹਰ ਹੁੰਦੀ ਹੈ। ਦੇਖੋ ਉਹ ਤਾਂ ਸਾਨੂੰ ਆਪਸ ਵਿੱਚ ਸਗੋਂ ਇਹ ਲਿਜਾ ਰਹੇ ਆ ਵੀ ਕਿਸਾਨ ਜਿਹੜੇ ਅਜੇ ਕੋਈ ਪਿਛਾਂ ਬੈਠੇ ਉਹ ਜਥੇਬੰਦੀਆਂ ਨਾਲ ਲੜ ਪੈਣ, ਉਹ ਤਾਂ ਸਾਡੇ ਪਾੜਨ ਵਾਲੀ ਨੀਤੀ ਕਰ ਰਹੇ ਆ, ਸਾਨੂੰ ਉਹ ਕੁਛ ਦੇ ਨਹੀਂ ਰਹੇ ਗਏ ਵੀ ਇੱਥੇ ਜੁੱਤੀਓ ਜੁੱਤੀ ਹੋ ਜਾਣ ਜਿਹੜੀ ਅਸਲ ਗੱਲ ਆ। ਪਰ ਨਹੀਂ, ਇਹ ਖਾਲਸਾ ਪੰਥ ਆ, ਪੰਜਾਬ ਦੀ ਧਰਤੀ ਆ, ਸਿੱਖਾਂ ਦੀ ਇੱਥੇ ਕੁਰਬਾਨੀਆਂ ਹੋਈਆਂ ਵੀਆਂ, ਇਹ ਬੜੀ ਸੋਚ ਸਮਝ ਕੇ ਚੱਲੂ। ਜੇ ਇਹ ਅੜੀਆਂ ਕਰਦੇ ਆ ਤੁਰ ਕੇ ਵੀ ਜਾਵਾਂਗੇ, ਉਦੋਂ ਬਾਅਦ ਟਰੈਕਟਰ ਵੀ ਜਾਣਗੇ, ਅਸੀਂ ਜਾਬਤੇ 'ਚ ਜਾਵਾਂਗੇ, ਜੇ ਉਹ ਵਾਧਾ ਕਰਨਗੇ ਤਾਂ ਫਿਰ ਉਹ ਜਾ ਵੇਖਿਆ ਜਾਊਗਾ। ਧੰਨਵਾਦ। ਤਿਆਰੀ ਰੱਖੀ ਹੈਗੀ ਬਾਪੂ ਜੀ, ਤੁਸੀਂ ਵੀ ਤਿਆਰੀ ਕਰ ਲਈ? ਹਾਂ, ਤਿਆਰੀ ਕਰ ਲਈ ਆ ਜੀ, ਬਿਲਕੁਲ। ਸਰਦਾਰ ਸਿੰਘ ਮਲਕੀਤ ਸਿੰਘ ਸਰਪੰਚ ਦੇ ਨਾਲ ਆ ਜੀ, ਕਹਿੰਦੇ ਨਾ ਕਹਿੰਦਾ ਜੁੜ ਕੇ ਨਾਲ ਅੱਗੇ ਲੜਾਂਗੇ, ਅੱਗੇ ਟੱਪਾਂਗੇ ਵੀ। ਆਹ ਜਿਹੜਾ ਟਰੈਕਟਰ ਆ ਦੇਖੋ ਜਾਂਦਾ ਕਿੱਦਾਂ ਹੈ, ਸਰਦਾਰ ਮਲਕੀਤ ਸਿੰਘ ਦਾ ਸਰਪੰਚ ਸਾਹਿਬ ਅੱਗੇ ਦੱਸਣਗੇ। ਇਹ ਮਾਝੇ ਵਾਲੇ ਆ ਜੀ, ਇਹ ਬਾਰਡਰਾਂ ਤੇ ਵਸਦੇ ਆ ਤੇ ਗੋਲੀਆਂ ਦਾ ਡਰ ਖੌਫ ਇਹਨਾਂ ਦੇ ਮਨਾਂ 'ਚ ਬਿਲਕੁਲ ਨਹੀਂ ਹੈਗਾ, ਕਿਉਂਕਿ ਗੋਲੀ ਉੱਥੇ ਬਾਰਡਰ ਤੇ ਚੱਲਦੀ ਰਹਿੰਦੀ ਆ ਜੀ। ਤੀਰਾਂ ਗੋਲੀਆਂ ਨਾਲ ਸਿਰ ਇਹਨਾਂ ਦੇ ਸ਼ੁਰੂ ਤੋਂ ਖਿੰਦੇ ਆਏ ਨੇ, ਤੇ ਦੁਸ਼ਮਣ ਨਾਲ ਇਹਨਾਂ ਦੇ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਪਹਿਲਾਂ ਵੀ, ਜੇ ਆਪਾਂ ਇਤਿਹਾਸ ਬੋਲੀਏ ਖੜਕ ਭੁਜਾ ਪੰਜਾਬ ਤੇ ਉਹਦਾ ਜਿਹੜਾ ਮਾਝਾ ਆਪਾਂ ਸਾਰੇ ਜਾਣਦੇ ਹਾਂ ਕਿ ਫਿਰ ਇਹ ਬਿਲਕੁਲ ਨਿਡਰ ਲੋਕ ਨੇ ਜੀ ਮਾਝੇ ਵਾਲੇ, ਤੇ ਸਾਡੇ ਮਾਲਵੇ ਦੁਆਬੇ ਵਾਲੇ ਭਰਾ ਵੀ ਜਿੰਦਾਬਾਦ ਆ, ਪਵਾਧ ਵਾਲੇ ਵੀ ਜਿੰਦਾਬਾਦ ਆ, ਸਾਰੇ ਭਰਾ ਰਲ ਕੇ ਖੜੇ ਹਾਂ ਜੀ ਆਪਾਂ ਇੱਥੇ, ਤੇ ਸਵੇਰੇ ਸਾਰੇ ਵੀਰੇ ਨਾਲ ਹਰਿਆਣੇ ਵਾਲੇ ਵੀ ਹੱਲਾ ਮਾਰਾਂਗੇ ਫਿਰ ਸਭ ਬਾਰਡਰ ਬੂਡਰ ਜਿਹੜੇ ਉਹ। JCB ਲੈ ਆਉਂਦੀਆਂ ਤੁਹਾਡੇ ਵੱਲੋਂ ਇੱਥੇ ਕੋਈ ਪ੍ਰਬੰਧ ਹੈਗਾ? ਹੈਗਾ ਜੀ, ਸਾਡੇ ਕੋਲ ਪੂਰਨ ਪ੍ਰਬੰਧ ਆ ਜੀ, ਸਵੇਰੇ ਤੁਸੀਂ ਵੇਖਿਓ ਹਰ ਤਰ੍ਹਾਂ ਦਾ ਪ੍ਰਬੰਧ ਸਾਡੇ ਕੋਲ ਮੌਜੂਦ ਆ ਜੀ, ਸਾਡੇ ਕੋਲ ਸਵੇਰੇ ਦਿਖਾਓਗੇ? ਹਾਂਜੀ ਹਾਂਜੀ ਬਿਲਕੁਲ ਜੀ, ਕੁਝ ਗੱਲਾਂ ਅਸੀਂ ਦੱਸਦੀਆਂ ਦੱਸ ਦਿੱਤੀਆਂ ਜੀ, ਤੇ ਬਾਕੀ ਕੋਸ਼ਿਸ਼ ਅਸੀਂ ਕੋਲ ਰੱਖਦੀਆਂ ਜੀ, ਤੇ ਉਹ ਅਜੇ ਪੂਰੇ ਭੇਤ ਨਹੀਂ ਖੁਣ ਕਰਾਂਗੇ ਉਹਦਾ ਜੀ, ਸਵੇਰੇ ਫਿਰ ਉਹ ਪ੍ਰਦਰਸ਼ਨ ਕਰਾਂਗੇ ਵੀ ਸਾਡੇ ਕੋਲ ਕੀ ਕੀ ਆ ਜੀ ਸਾਡੇ ਕੋਲ। ਪਰ ਸਾਡੇ ਕੋਲ ਨੌਜਵਾਨ ਵੀ ਹੈਗੇ ਨੇ, ਹਾਂਜੀ ਤੁਸੀਂ ਦੱਸੋ ਕੀ ਕਹਿਣਾ? ਬੈਰੀਗੇਟਰ ਸਾਡੇ ਟਰੈਕਟਰਾਂ ਦੀ ਲੋੜ ਹੀ ਨਹੀਂ ਗੀ, ਸਾਡੇ ਬਾਬਿਆਂ ਦੇ ਗੁੰਡੀ ਬਹੁਤ ਆ ਨਾਲ ਸਾਡੇ ਖੜੇ ਹੈਗੇ, ਚੱਕ ਕੇ ਲੈ ਜਾਵਾਂਗੇ, ਡਰਦੀ ਨਹੀਂ ਗੁੰਡੀਆਂ ਸਾਡੇ ਸਿਰਾਂ ਤੇ, ਕਦੋਂ ਸਾਡੇ ਪਿੱਛੇ ਖੜੇ ਇਹਨਾਂ ਪਿੱਛੇ ਹੀ ਜਾਣ ਦੀ, ਕਦੋਂ ਸਾਡੀ ਕੌਮ ਦੀ ਗੱਲ ਆ ਗਈ, ਸਾਡੀ ਖੇਤੀ ਦੀ ਆ ਗਈ, ਸਾਨੂੰ ਲੜਨਾ ਹੀ ਪਊਗਾ। ਜੇ ਅਸੀਂ ਉਹਦੇ ਵਾਂਗੂ ਆ ਲੋਕ ਸੋਚਦੇ ਵੀ ਹਨਾ ਵੀ ਅਸੀਂ ਖੇਤੀ ਕਰਦੇ ਨਹੀਂ, ਤਾਂ ਆਪਾਂ ਖੇਤੀ ਦੀ ਦਿੱਤੀ ਖਾਨੇ ਤਾਂ ਹੈਗੇ ਹੈ, ਮੈਂ ਜੋਬ ਕਰਦਾ, ਮੇਰੇ ਕੋਲ ਆਪਦੇ ਲਈ ਕੋਈ ਜ਼ਮੀਨ ਨਹੀਂ ਗੀ, ਠੀਕ ਹੈ, ਮੈਂ ਵੀ ਇਹ ਆਇਆ ਹੋਇਆ ਹੈਗਾ, ਮੇਰਾ ਮੋਟਰਸਾਈਕਲ ਪਰਸੋਂ ਉੱਥੇ 14 ਨੂੰ ਐਸੀ ਚੋਰੀ ਹੋ ਗਿਆ ਸੀ, ਅੱਜ ਮਿਲ ਗਿਆ, ਸਾਨੂੰ ਖੁਸ਼ੀ ਹੈ, ਅੱਜ ਮਿਲ ਗਿਆ ਸਾਡੇ ਵਧਾਈ ਮਿਲਿਆ ਸਾਨੂੰ, ਸਾਨੂੰ ਕੋਈ ਉਦੇ ਦਾ, ਮੈਂ ਇੱਥੇ ਬੈਠਾ ਪਿੰਡੋਂ, ਦੋ ਜਣੇ ਆਏ ਮੋਟਰਸਾਈਕਲ ਦੇ, ਉਦੇ ਨੇ ਇੱਥੇ ਬੈਠਾ ਕਿਸੇ ਟਰਾਲੀ 'ਚ ਪੈਂਦਾ, ਅੱਜ ਮੋਟਰਸਾਈਕਲ ਮਿਲ ਗਿਆ ਦੁਬਾਰਾ ਸਾਧਨ, ਉਹ ਖੜਾ ਮੋਟਰਸਾਈਕਲ, ਉਹ ਫਿਰ ਹੁਣ ਝੰਡਾ ਲਾਤਾ ਦੁਬਾਰੇ ਵੀ ਫਿਰ ਦਿੱਲੀ ਨੂੰ। ਕਿਤਨ ਗਵਾਚਾ ਸੀਗਾ? 14 ਤਰੀਕ ਨੂੰ ਜੀ, 14 ਨੂੰ ਗਵਾਚ ਗਿਆ ਸੀ, ਇੱਥੋਂ ਲੈ ਗਿਆ, ਗੋਲੀ ਵੀ ਲੱਗੀ ਸੀ ਇੱਕ ਇੱਥੇ ਮੋਢੇ ਤੇ ਜੀ, ਇੱਕ ਪੱਟ ਤੇ ਜੀ। ਹਾਂ, ਅਗਲੇ ਪਾਸੇ ਸੀਗੇ? ਹਾਂ, ਅਗਲੇ ਪਾਸੇ ਜੀ, ਕਦੋਂ ਲਾਠੀ ਚਾਰਜ ਹੋ ਗਿਆ ਜੀ। ਅੱਛਾ, ਤੁਸੀਂ ਅੱਗੇ ਹੋਣੇ ਤਾਂ ਤੁਹਾਡਾ ਮੋਟਰਸਾਈਕਲ ਪਿੱਛੇ ਦੀ ਕੋਈ ਲੈ, ਮੋਟਰਸਾਈਕਲ ਪਿੱਛੋਂ ਲੈ ਗਏ ਸੀ ਜੀ, ਉਦੋਂ ਬਾਅਦ ਉਹ ਪ੍ਰਧਾਨ ਕੋਲੇ ਆ ਗਿਆ ਸੀ, ਅੱਜ ਮਿਲ ਗਿਆ ਜੀ। ਆਪੇ ਕੋਈ ਦੇ ਕੇ ਗਿਆ ਹੈ ਕਿ ਜਾਂ ਫਿਰ ਲੱਭ ਗਿਆ ਜੀ? ਦੇ ਕੇ ਗਿਆ, ਹਾਂਜੀ। ਕਮਾਲ ਹੋ ਗਿਆ ਵੀ ਕੋਈ ਆਪ ਆ ਕੇ ਦੇ। ਹਾਂ, ਧੰਨਵਾਦ ਹੈ ਜੀ ਉਹਨਾਂ ਦਾ ਕਿਹੜਾ ਦੇ ਕੇ ਗਿਆ। ਹਾਂ, ਨਹੀਂ ਸਾਡੇ ਗੁਰੂ ਨੇ ਕਿਰਪਾ ਹੀ ਇੰਨੀ ਹੈ ਜੀ, ਸਾਨੂੰ ਸਾਧਨਾਂ ਦੀ ਲੋੜ ਹੀ ਨਹੀਂ, ਸਾਡੇ ਆਪ ਹੀ ਆਉਂਦੇ ਆ ਜੀ, ਜੇ ਇੱਥੇ ਇੱਕ ਚੀਜ਼ ਟੁੱਟੂਗੀ ਤਾਂ 5 ਮਿਲਣਗੀਆਂ ਜੀ, ਇੱਥੇ ਕਿਸਾਨਾਂ ਦਾ ਗੁਰੂ ਦੀ ਕਿਰਪਾ ਹੀ ਇੰਨੀ ਹੈ ਜੀ, ਇੱਥੇ ਨਾ ਕੋਈ ਲੰਗਰ ਦੀ ਤੋੜਾ, ਨਾ ਕਹਿੰਦੇ ਖਾਣ ਪੀਣ ਦੀ, ਕੋਈ ਸਾਰਾ ਗੁਰੂ ਦਾ ਦਿੱਤਾ ਹੋਇਆ ਜੀ ਸਾਨੂੰ, ਅਸੀਂ ਆਪਦੀ ਰਾਖੀ ਲਈ ਲੜਾਂਗੇ ਜੀ। ਸਵੇਰੇ ਫਿਰ ਕਿੰਨੇ ਵਜੇ ਜਾਣਾ ਹੈ? ਸਵੇਰੇ ਕਦੋਂ ਸਾਡੇ ਜੀ ਗੁਰੂ ਕਹਿ ਦੇਣਗੇ ਸਾਨੂੰ, ਪਿੱਛੋਂ ਆਗੂ ਆ ਗਿਆ ਜੀ, ਉਦੋਂ ਜਾਵਾਂਗੇ, ਹਾਂ ਅਸੀਂ ਕੋਈ ਉਹ ਜਾਂਦੇ ਨਹੀਂ ਜੀ। ਕਿਹੜੇ ਕਿਹੜਾ ਕਿਸਾਨ ਆ? ਕਿਸਾਨ ਜੀ ਇੱਥੇ ਆਪਣੇ ਸਾਰੀਆਂ ਜਥੇਬੰਦੀਆਂ ਜੀ, ਪਿੰਡਾਂ 'ਚੋਂ ਲੋਕ ਉੱਠ ਕੇ ਆਏ, ਕਿਵੇਂ ਹੁਣ ਅਸੀਂ ਕਿਸੇ ਜਥੇਬੰਦੀ ਤੋਂ ਨਹੀਂ, ਪਿੰਡਾਂ 'ਚੋਂ ਉੱਠ ਕੇ ਆਏ ਜੀ, ਸਾਡੀ ਆਪਦੀ ਜੀ, ਹਾਂ ਜੀ ਅਸੀਂ ਨਹੀਂ ਕਰਦੇ, ਅਸੀਂ ਖਾਂਦੇ ਤਾਂ ਹੈਗੇ ਹਾਂ ਜੀ, ਜਾਂ ਕਿਸਾਨ ਬੀਜਣੋਂ ਹਟ ਜੂ, ਸਾਨੂੰ ਮਿਲੂ ਕਿੱਥੋਂ ਜੀ, ਕਿੱਥੋਂ ਖਾਵਾਂਗੇ? ਤੁਸੀਂ ਖੇਤੀ ਨਹੀਂ ਕਰਦੇ? ਨਹੀਂ, ਮੇਰੇ ਕੋਲ ਜ਼ਮੀਨ
ਖੇਤੀ ਨਹੀਂ ਕਰਦੇ ਫਿਰ ਵੀ ਅਗਲੇ ਪਾਸੇ ਤੁਸੀਂ ਗੋਲੀਆਂ ਵੀ ਖਾ ਕੇ ਆਏ ਹੋ ਤੇ ਕੱਲ ਨੂੰ ਫਿਰ ਜਾਣਾ ਹਾਂ ਅਸੀਂ ਫਿਰ ਖਾਵਾਂਗੇ ਕਿੱਥੋਂ ਜੀ ਜੇ ਅਸੀਂ ਆਹ ਅੱਜ ਛੱਡ ਦਾਂਗੇ ਜੀ ਅਸੀਂ ਖਾਵਾਂਗੇ ਕਿੱਥੋਂ ਆਪਦੀ ਆਪ ਨੂੰ ਲੜਨਾ ਤਾਂ ਆਪਾਂ ਨੂੰ ਆਪਣੇ ਰੋਟੀ ਲਈ ਲੜਦੇ ਹਾਂ ਜੀ ਹੱਕ ਲਈ ਲੜਦੇ ਹਰੇਕ ਬੰਦਾ ਆਪਣੀ ਢਿੱਡ ਲਈ ਲੜਦਾ ਜੀ ਅਸੀਂ ਆਪਦੀ ਢਿੱਡ ਲਈ ਲੜ ਰਹੇ ਹਾਂ ਇੱਥੇ ਸਾਡੀਆਂ ਕੋਈ ਮੰਗਾਂ ਨਜਾਇਜ਼ ਤਾਂ ਨਹੀਂ ਜੋ ਇਹਨਾਂ ਨੇ ਲਾਗੂ ਕੀਤੀ ਹੋਏ ਅਸੀਂ ਉਹੀ ਮੰਗਦੇ ਹਾਂ ਜੀ ਅਸੀਂ ਕਿਹੜਾ ਕੋਈ ਗੈਰ ਮੰਗੀ ਜਾਂਦੇ ਹਾਂ ਸਾਡੀਆਂ ਉਹ ਦਿੱਤੀਆਂ ਜਾਣ ਮਲਕੀਤ ਸਿੰਘ ਜੀ ਜਜ਼ਬਾ ਪੈਲੀ ਹੈ ਨਹੀਂ ਖੇਤੀ ਨਹੀਂ ਕਰਦੇ ਫਿਰ ਵੀ ਗੋਲੀਆਂ ਵੀ ਖਾ ਲਈਆਂ ਸਵੇਰੇ ਫਿਰ ਸਲੂਟ ਹੈ ਜੀ ਅਜਿਹੇ ਨੌਜਵਾਨਾਂ ਨੂੰ ਮਾਣ ਹੈ ਸਾਨੂੰ ਜੀ ਮਾਣ ਹੈ ਸਾਨੂੰ ਆਪਣੇ ਅਜਿਹੇ ਨੌਜਵਾਨਾਂ ਤੇ ਪੰਜਾਬ ਨੂੰ ਵੱਡੀ ਲੋੜ ਹੈ ਜੀ ਅਜਿਹੇ ਨੌਜਵਾਨਾਂ ਦੀ ਪੰਜਾਬ ਦੀ ਧਰਤੀ ਪੈਦਾ ਵੀ ਕਰਦੀ ਹੈ ਕੋਈ ਲਾਲਚ ਨਹੀਂ ਹੈਗਾ ਵੇਖੋ ਕਿੱਡਾ ਨਿਰਪੱਖ ਕਿੱਡਾ ਨਿਰੋਲ ਜ਼ਮੀਨ ਨਹੀਂ ਹੈ ਬੰਦੇ ਦੀ ਪਰ ਜ਼ਮੀਰ ਕਿੱਡੀ ਤਕੜੀ ਹੈ ਜੀ ਇੱਥੋਂ ਸਿੱਧ ਹੁੰਦਾ ਕਿ ਪੰਜਾਬ ਦੀ ਧਰਤੀ ਅਣਖੀ ਯੋਧਿਆਂ ਬਹਾਦਰਾਂ ਦੀ ਧਰਤੀ ਆ ਤੇ ਮੇਰਾ ਸਲੂਟ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਸ ਵੇਲੇ ਆਪਣੇ ਬਜ਼ੁਰਗਾਂ ਨਾਲ ਖੜੇ ਨੇ ਤੇ ਬਜ਼ੁਰਗਾਂ ਦੇ ਹੌਸਲੇ ਵੀ ਤੁਸੀਂ ਵੇਖ ਲਏ ਆ ਜੀ ਮਾਝੇ ਵਾਲੇ ਦੇ ਕੋਟੀ ਜੈਕਟ ਵੀ ਨਹੀਂ ਪਾਈ ਕੋਈ ਜੀ ਤੇ ਅਸੀਂ ਦੋ ਦੋ ਪਾਈਆਂ ਵਾ ਅਸੀਂ ਕਰੋ ਇੱਧਰ ਲਿਆਓ ਜੀ ਅੱਜ ਸਾਡੀ ਮੀਟਿੰਗ ਹੋਈ ਆ ਤੇ ਬਾਪੂ ਵਾਲਾ ਸਾਨੂੰ ਬਹਿ ਕੇ ਕਿਹਾ ਏ ਜਿਹੜੇ 50 ਸਾਲ ਤੋਂ ਉੱਤੇ ਬਜ਼ੁਰਗ ਅਸੀਂ ਜਾਵਾਂਗੇ ਪਹਿਲਾਂ ਤੇ ਬਾਅਦ ਤੁਸੀਂ ਆਇਓ ਅੱਜ ਮੀਟਿੰਗ ਤੇ ਨਾ ਕਿਹਾ ਏ ਅਸੀਂ ਅੱਗੇ ਕੰਮ ਨਹੀਂ ਪਾਉਣਾ ਬਜ਼ੁਰਗ ਸਾਡੇ ਮਗਰ ਹੋਣਗੇ ਅਸੀਂ ਅੱਗੇ ਜਾਵਾਂਗੇ ਜੀ ਅਸੀਂ 75 ਸਾਲ ਦੇ ਅਸੀਂ ਅੱਗੇ ਲੱਗਾਂਗੇ ਇਹ ਵੇਖ ਲੈ 50 ਸਾਲ ਦੀ ਉਮਰ ਮੇਰੀ ਮੈਂ ਇੱਕ ਗੱਲ ਕਹਿਣੀ ਚਾਹੂੰਗੀ ਕਿ ਇਸ ਤੋਂ ਪਹਿਲਾਂ ਜਦੋਂ ਗ੍ਰਿਫਤਾਰ ਕੀਤਾ ਸੀਗਾ ਮੁਗਲਾਂ ਦੇ ਵੇਲੇ ਉਦੋਂ ਇੱਕ ਇੱਕ ਰੋਟੀ ਮਿਲਦੀ ਸੀ ਤੇ ਉਹ ਇੱਕ ਇੱਕ ਰੋਟੀ ਨੂੰ ਨੌਜਵਾਨ ਕਹਿੰਦੇ ਸੀ ਬਜ਼ੁਰਗ ਤੁਸੀਂ ਖਾ ਲਓ ਬਜ਼ੁਰਗ ਕਹਿੰਦੇ ਸੀ ਨਹੀਂ ਸਾਡੀ ਉਮਰ ਲੰਘ ਗਈ ਹੈ ਤੇ ਇਹ ਹੁਣ ਨੌਜਵਾਨ ਖਾਣ ਤੇ ਇਹ ਬਜ਼ੁਰਗ ਕਹਿੰਦੇ ਆ ਵੀ ਹੁਣ ਅਸੀਂ ਅੱਗੇ ਜਾਵਾਂਗੇ ਨੌਜਵਾਨ ਪਿੱਛੇ ਰਹਿਣ ਵੇਖੋ ਜੀ ਸਾਡਾ ਇਤਿਹਾਸ ਜਿਹੜਾ ਨਾ ਉਹ ਆਪਣਾ ਆਪ ਦਹਰਾਉਂਦਾ ਹੈ ਦਹਰਾਉਂਦਾ ਜੀ ਤੇ ਖਾਸ ਕਰਕੇ ਪੰਜਾਬ ਦਾ ਇਤਿਹਾਸ ਜਿਹੜਾ ਉਹ ਤੇ ਬੜੇ ਬਾਰ ਬਾਰ ਆਪਣਾ ਆਪ ਦਹਰਾਉਂਦਾ ਜੀ ਉਹਦੇ ਨਾਲ ਫਿਰ ਕੀ ਹੁੰਦਾ ਅਣਖ ਗੈਰਤ ਸਦਾ ਜਿਉਂਦੀ ਰਹਿੰਦੀ ਹੈ ਜੀ ਜੇ ਇਤਿਹਾਸ ਆਪਣਾ ਆਪ ਦਹਰਾਉਂਦਾ ਉਹਦੇ ਨਾਲ ਜਿਹੜੀ ਸਾਡੀ ਗੈਰਤ ਆ ਉਹ ਵੀ ਜੇ ਕਿਤੇ ਸੌਂ ਜਾਂਦੀ ਹੈ ਫਿਰ ਉਹਨੂੰ ਹਲੂਣਾ ਵੱਜਦਾ ਉਹ ਫਿਰ ਜਾਗਦੀ ਹੈ ਜੀ ਅੱਜ ਫਿਰ ਗੈਰਤ ਨੂੰ ਟੁੰਬਿਆ ਗਿਆ ਪੰਜਾਬ ਦੀ ਨੂੰ ਤੇ ਪੰਜਾਬ ਦੀ ਗੈਰਤ ਫਿਰ ਛਾਲਾਂ ਮਾਰ ਕੇ ਜਾਗੀ ਹੈ ਜੀ ਸਾਡੇ ਨੌਜਵਾਨ ਵੀ ਜਾਗੇ ਆ ਤੇ ਬਜ਼ੁਰਗਾਂ ਕੋਲ ਹੋਰ ਬੜਾ ਕੁਝ ਸਿੱਖ ਰਹੇ ਨੇ ਇਸ ਅੰਦੋਲਨ 'ਚੋਂ ਬੜਾ ਕੁਝ ਮਿਲ ਰਿਹਾ ਜੀ ਇੱਥੋਂ ਤੇ ਮੈਂ ਇੱਥੇ ਆਪ ਜੀ ਦੇ ਮਾਧਿਅਮ ਰਾਹੀਂ ਇੱਕ ਛੋਟੀ ਜਿਹੀ ਜ਼ਰੂਰ ਬੇਨਤੀ ਕਰਾਂਗਾ ਆਪਣੀ ਕੌਮ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਤੇ ਦਿੱਲੀ ਕਮੇਟੀ ਵੇਖੋ ਇੱਥੇ ਲੋਕਤੰਤਰ ਦਾ ਕਤਲ ਹੋ ਗਿਆ ਜੀ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਹੱਕ ਮੰਗਦਿਆਂ ਨੂੰ ਉੱਧਰ ਲੋਕਤੰਤਰ ਦਾ ਕਤਲ ਡਿਬਰੂਗੜ੍ਹ ਜੇਲ੍ਹ 'ਚ ਹੋ ਗਿਆ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਖੁਫੀਆ ਕੈਮਰੇ ਲਗਾ ਦਿੱਤੇ ਗਏ ਨੇ ਜੀ ਇੱਕ ਬੰਦੇ ਨੂੰ ਮੌਤ ਦੀ ਵੀ ਸਜ਼ਾ ਹੋਵੇ ਨਾ ਉਹਦੇ ਵੀ ਅਧਿਕਾਰ ਹੁੰਦੇ ਆ ਜੀ ਕੋਈ ਨਾ ਕੋਈ ਪਰ ਇੱਥੇ ਸਾਡੇ ਸੱਚ ਬੋਲਣ ਦੀਆਂ ਸਜ਼ਾਵਾਂ ਵੇਖੋ ਜਦੋਂ ਅਸੀਂ ਦੇਸ਼ ਆਜ਼ਾਦ ਕਰਾਇਆ ਉਦੋਂ ਕਾਲੇ ਪਾਣੀ ਦੀਆਂ ਜੇਲ੍ਹਾਂ ਅੱਜ ਸੱਚ ਬੋਲਣ ਦੀ ਜਿਹੜੀ ਸਜ਼ਾ ਸਾਨੂੰ ਮਿਲੀ ਹੈ ਡਿਬਰੂਗੜ੍ਹ ਦੀ ਜੇਲ੍ਹ ਮਿਲੀ ਆ ਜੀ ਚਲੋ ਹਾਕਮ ਨੇ ਪਰਚਾ ਕਰ ਲਿਆ ਜੋ ਮਰਜ਼ੀ ਕਰ ਲਿਆ ਪਰ ਜਿਹੜੇ ਜਿਸ ਤਰੀਕੇ ਨਾਲ ਹੁਣ ਉਹਨਾਂ ਦੇ ਮਨੁੱਖੀ ਅਧਿਕਾਰ ਖਤਮ ਕੀਤੇ ਜਾ ਰਹੇ ਹਨ ਜੀ ਉਹ ਬਹੁਤ ਜ਼ਿਆਦਾ ਨਿੰਦਣਯੋਗ ਹੈ ਮੇਰੀ ਬੇਨਤੀ ਹੈ ਪੂਰੀ ਕੌਮ ਨੂੰ ਕੌਮ ਦੇ ਜਥੇਦਾਰ ਸਾਹਿਬਾਨਾਂ ਨੂੰ ਤੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਕਿ ਅੱਜ ਸਮਾਂ ਵਾ ਕਿ ਆਪਣੇ ਆਪਾਂ ਨੌਜਵਾਨਾਂ ਦੇ ਨਾਲ ਖੜੀਏ ਸੋ ਆਪ ਜੀ ਦੇ ਮਾਧਿਅਮ ਰਾਹੀਂ ਅਸੀਂ ਸਮੁੱਚੇ ਜਿੰਨੇ ਸਾਡੇ ਭਰਾ ਕਿਸੇ ਕੋਲੋਂ ਪੁੱਛ ਲਓ ਜੀ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਸਾਡੇ ਬਜ਼ੁਰਗ ਵੀ ਨੌਜਵਾਨ ਵੀ ਕਿ ਅੱਜ ਸਾਡੇ ਭਰਾ ਉੱਤੇ ਬੰਦ ਨੇ ਤੇ ਜਿਹੜੇ ਖੁਫੀਆ ਕੈਮਰੇ ਲਾ ਕੇ ਉਹਨਾਂ ਦੇ ਮਨੁੱਖੀ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਉਹ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਤੇ ਅੱਜ ਕੌਮ ਦੀਆਂ ਸੰਸਥਾਵਾਂ ਨੂੰ ਦਲ ਪੰਥਾਂ ਨੂੰ ਆਪਣੇ ਬੰਦੀ ਸਿੰਘਾਂ ਤੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਉਹਨਾਂ ਸਾਥੀਆਂ ਲਈ ਹਾਂ ਦਾ ਨਾਰਾ ਮਾਰਨਾ ਚਾਹੀਦਾ ਜੀ ਇੱਥੇ ਸਾਡੀ ਬਾਰਡਰ ਤੋਂ ਅਪੀਲ ਹੈ ਜੀ ਹੱਥ ਜੋੜ ਕੇ ਸਮੁੱਚੇ ਜਥੇਦਾਰ ਸਾਹਿਬਾਨਾਂ ਨੂੰ ਜੀ ਚੈਨਲ ਦੇ ਜ਼ਰੀਏ ਤੁਹਾਡੀ ਅਪੀਲ ਜ਼ਰੂਰ ਪਹੁੰਚ ਜਾਣੀ ਹੈ ਔਰ ਸਵੇਰ ਵਾਲੀ ਤਿਆਰੀ ਵੀ ਜਿਹੜੀ ਉਹ ਵੀ ਸਾਨੂੰ ਦਿਖਾਉਣੀ ਜ਼ਰੂਰੀ ਹੈ ਇਹਦੇ ਨਾਲ ਨਾਲ ਕਿਉਂਕਿ ਸਵੇਰ ਨੂੰ ਜਿਹੜਾ ਆ ਉਹ ਕਿਸਾਨਾਂ ਨੂੰ ਵੇਖਣ ਦੇ ਲਈ ਵੀ ਜਿਹੜੇ ਬਾਹਰਲੇ ਦੇਸ਼ਾਂ 'ਚ ਵੀ ਲੋਕ ਬੈਠੇ ਨੇ ਉਹਨਾਂ ਨੂੰ ਇੱਕ ਤਾਂਘ ਹੈਗੀ ਹੈ ਕਿ ਸਾਡੇ ਜਿਹੜੇ ਲੋਕ ਆ ਉਹ ਮਤਲਬ ਸਹੀ ਸਲਾਮਤ ਜਿਹੜੇ ਆ ਜੇ ਸਵੇਰੇ ਬਾਰਡਰ ਪਾਰ ਕਰਨਾ ਪੈਂਦਾ ਹੈ ਤਾਂ ਕਰ ਲੈਣ ਕਿਉਂਕਿ ਉਹਨਾਂ ਦੇ ਵੀ ਵਾਰ ਵਾਰ ਇਹ ਸੁਨੇਹੇ ਆਉਂਦੇ ਨੇ ਕਿ ਸਾਨੂੰ ਉੱਥੇ ਦਿਖਾਇਆ ਜਾਵੇ ਕਿ ਕਿਸਾਨ ਕੀ ਕਰ ਰਹੇ ਨੇ ਬਿਲਕੁਲ ਜੀ ਉਹਨਾਂ ਦੇ ਦਿਲਾਂ 'ਚ ਦਰਦ ਆ ਜੀ ਆਪਣੇ ਪੰਜਾਬ ਲਈ ਆਪਣੇ ਬਜ਼ੁਰਗਾਂ ਲਈ ਆਪਣੇ ਨੌਜਵਾਨਾਂ ਲਈ ਭਾਵੇਂ ਘਰਾਂ 'ਚ ਹੀ ਬੈਠੇ ਨੇ ਕਿਉਂਕਿ ਸਾਡਾ ਦੇ ਸੰਪਰਕ ਟੁੱਟਾ ਜੀ ਹੁਣ ਉਹਨਾਂ ਨਾਲੋਂ ਜੀ ਨੈੱਟ ਨਹੀਂ ਹੈ ਇੱਥੇ ਤੇ ਆਪ ਜੀ ਦੇ ਦਿਨ ਦਾ ਨੈੱਟ ਨਹੀਂ ਹੈਗਾ ਤੇ ਅੱਜ ਤੱਕ ਤੁਹਾਡਾ ਸੰਪਰਕ ਕਿਤੇ ਵੀ ਨਹੀਂ ਹੋ ਬਹੁਤ ਘੱਟ ਜੀ ਕਿਤੇ ਹੀ ਆ ਜਿਹੜਾ ਅੱਗੇ ਪਿੱਛੇ ਜਾ ਕੇ ਕੋਈ ਲਾਗੇ ਪਿੰਡਾਂ 'ਚ ਜਾ ਕੇ ਕੋਈ ਭੈਣ ਭਾਈ ਸਾਡਾ ਜਾ ਕੇ ਕੋਈ ਸੰਪਰਕ ਕਰ ਲਏ ਇਹਦੇ ਆਪ ਜੀ ਜਿੱਦਾਂ ਇਹ ਚੈਨਲ ਨੇ ਇਹਨਾਂ ਦੇ ਮਾਧਿਅਮ ਰਾਹੀਂ ਸਾਡੀ ਗੱਲ ਉੱਥੋਂ ਤੱਕ ਪਹੁੰਚ ਰਹੀ ਆ ਵਰਨਾ ਸਾਨੂੰ ਬਿਲਕੁਲ ਕੱਟਿਆ ਗਿਆ ਪੂਰੇ ਪੰਜਾਬ ਨਾਲੋਂ ਕਿ ਪੂਰੇ ਦੇਸ਼ ਵਿਦੇਸ਼ ਨਾਲੋਂ ਵੀ ਸਾਨੂੰ ਕੱਟਿਆ ਗਿਆ ਸੋ ਧੰਨਵਾਦ ਹੈ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਸਾਡੇ ਭੈਣ ਭਾਈ ਸਾਡੇ ਦਰਦੀ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਹਾਂ ਕਿ ਤੁਹਾਡੀਆਂ ਅਰਦਾਸਾਂ ਦੁਆਵਾਂ ਸਾਡੇ ਨਾਲ ਆ
ਤੇ ਉਹ ਫਿਕਰ ਨਾ ਕਰਿਓ ਜੇ ਸਾਡੇ ਕੁਝ ਭਰਾ ਜ਼ਖਮੀ ਹੋ ਗਏ ਨੇ ਤੇ ਉਹ ਦਰਦ ਜ਼ਰੂਰ ਆ ਪਰ ਜਦੋਂ ਸ਼ੇਰ ਜ਼ਖਮੀ ਹੋ ਜਾਂਦੇ ਨੇ ਫਿਰ ਉਹ ਦੂਣੀ ਤਾਕਤਾਂ ਨਾਲ ਫਿਰ ਅੱਗੇ ਨੂੰ ਪੈਂਦੇ ਨੇ ਜੀ ਤਿਆਰੀਆਂ ਜਿਹੜੀਆਂ ਨੇ ਕਿਸਾਨਾਂ ਨੇ ਇੱਥੇ ਪੂਰੀਆਂ ਕਰ ਲਈਆਂ ਨੇ ਸਵੇਰ ਦੀਆਂ ਕਿਸਾਨ ਆਗੂਆਂ ਦੀਆਂ ਮੀਟਿੰਗ ਜਿਹੜੀਆਂ ਫਿਲਹਾਲ ਤੱਕ ਹੋ ਚੁੱਕੀਆਂ ਨੇ ਇਹਦੇ ਵਿੱਚ ਬਜ਼ੁਰਗਾਂ ਨੇ ਕਿਹਾ ਕਿ ਅਸੀਂ ਅੱਗੇ ਜਾਣਾ ਨੌਜਵਾਨ ਜਿਹੜੇ ਉਹ ਪਿੱਛੇ ਰਹਿਣ ਪਰੰਤੂ ਅੱਗੇ ਕਿਸਾਨ ਆਗੂਆਂ ਦਾ ਜੋ ਫੈਸਲਾ ਹੈ ਉਸੇ ਤਰੀਕੇ ਦੇ ਨਾਲ ਕਿਸਾਨ ਅੱਗੇ ਦਿੱਲੀ ਨੂੰ ਕੂਚ ਕਰਨਗੇ ਔਰ ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਫੈਸਲਾ ਜਾਂ ਕੋਈ ਮੀਟਿੰਗ ਦੇ ਲਈ ਸੱਦਿਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਕਿਸਾਨ ਆਗੂ ਉਹ ਮੀਟਿੰਗ ਦੇ ਵਿੱਚ ਜਾਣ ਤੋਂ ਉਸ ਤੋਂ ਬਾਅਦ ਵੀ ਅਗਲਾ ਫੈਸਲਾ ਅਜੇ ਵਿਚਾਰ ਅਧੀਨ ਹੋ ਸਕਦਾ ਹੈ ਪਰੰਤੂ ਜੇ ਗੱਲ ਕਰੀਏ ਤਾਂ ਕਿਸਾਨ ਆਗੂਆਂ ਦੇ ਵੱਲੋਂ ਬਿਆਨ ਜਿਹੜਾ ਇਹੀ ਜਾਰੀ ਹੋਇਆ ਹੈ ਕਿ 11 ਵਜੇ ਅਸੀਂ ਜਿਹੜਾ ਸਵੇਰੇ ਇੱਥੋਂ ਦਿੱਲੀ ਨੂੰ ਕੂਚ ਕਰਨਾ ਹੈ ਸੋ ਸਵੇਰੇ ਤੁਹਾਨੂੰ ਇੱਥੋਂ ਦਾ ਮਾਹੌਲ ਜਿਹੜਾ ਖਨੌਰੀ ਦਾ ਉਹ ਦਿਖਾਵਾਂਗੇ ਕਿ ਇੱਥੇ ਕਿਸਾਨ ਕਿਵੇਂ ਦਿੱਲੀ ਨੂੰ ਜਾਂਦੇ ਨੇ ਜਾਂ ਕਿਸਾਨ ਆਗੂਆਂ ਦੇ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਆਗੂਆਂ ਨੂੰ ਸੱਦਾ ਆਉਂਦਾ ਹੈ ਤਾਂ ਉੱਥੇ ਮੀਟਿੰਗ ਹੁੰਦੀ ਹੈ ਸੋ ਇਹ ਸਵੇਰ ਤੱਕ ਹੀ ਅਸੀਂ ਤੁਹਾਨੂੰ ਦਿਖਾ ਸਕਾਂਗੇ ਕਿ ਅੱਗੇ ਕੀ ਬਣਦਾ ਹੈ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਪਰਵਿੰਦਰ ਕੌਰ ਦੇ ਨਾਲ ਕੈਮਰਾ ਪਰਸਨ ਗੁਰਮੀਤ ਸਿੰਘ